ਬੇਬੇ ਹਾਂ ਮੈਂ ਜਾਂਦੀ ਸੀਗੀ ਡਿਊਟੀ ਤੇ। ਅੱਛਾ ਤੇ ਤੂੰ ਇੱਥੇ ਬੈਠੀ ਹੈਗੀ, ਚਿੱਕੜ ਹੋਇਆ ਪਿਆ, ਮੀਂਹ ਪੈ ਕੇ ਹਟਿਆ, ਤੂੰ ਇੱਥੇ ਕਾਹਤੋਂ ਬੈਠੀ ਰਹਿੰਦੀ ਆ? ਉਹੀ ਬਹਿ ਗਈ ਮੈਂ ਤਾਂ ਠੰਡ ਜੀ ਦਾ ਕਰਕੇ। ਅੱਛਾ ਪਹਿਲਾਂ ਤੂੰ ਗਰਮੀ ਦਾ ਕਰਕੇ ਬਹਿੰਦੀ, ਹੁਣ ਠੰਡ ਦਾ ਕਰਕੇ ਬਹਿ ਗਈ। ਹਾਂ ਮੈਂ ਫਿਰ ਚੰਗਾ ਹੁੰਦਾ, ਬਸ ਭਗਤੀ ਹੋ ਜਾਂਦੀ ਬੰਦੇ ਦੀ। ਤੇ ਪਿੰਡ ਗਈ ਸੀ ਬੇਬੇ, ਤੂੰ ਕੀ ਬਣਿਆ? ਪਿੰਡ ਗਈ ਸੀ ਮੈਂ, ਤੂੰ ਕਹਿ ਗਈ ਸੀਗੀ ਇੱਕ ਡੱਬਾ ਦੇ ਆਈ ਮੇਰੇ ਬਾਈਕਿਆਂ ਨੂੰ। ਹਾਂ ਡੱਬਾ ਫੜਾਉਣ ਗਈ ਸੀ। ਅੱਛਾ ਉਧਰੋਂ ਪਤਾ ਨਹੀਂ ਤੇਰੀ ਭਰਜਾਈ ਨੇ ਜਾਣ ਕੇ ਸੱਦ ਰੱਖੀ ਸੀ, ਤੇਰੀ ਭੂਆ। ਭੂਆ ਆ ਰਹੀ ਸੀ ਉੱਥੇ? ਹੋਰ ਲੂਤ ਜੀ ਉਹ ਆ ਰਹੀ ਸੀ। ਭੂਆ ਤਾਂ ਉੱਥੇ ਆਉਂਦੀ ਨਹੀਂ ਹੁੰਦੀ, ਉਹ ਕਿਵੇਂ ਆ ਗਈ? ਪਤਾ ਨਹੀਂ ਭੈਣੇ, ਸੱਦ ਸੁੱਦ ਲਈ ਉਹਨੇ, ਪਤਾ ਨਹੀਂ ਆਪੇ ਆ ਗਈ। ਜਦੋਂ ਦੀ ਹਰਪ੍ਰੀਤ ਨਾਲ ਤੇ ਮੇਰੇ ਨਾਲ ਹਰਪ੍ਰੀਤ ਲੜੀ ਸੀ ਭੂਆ ਨਾਲ, ਉਦੋਂ ਬਾਅਦ ਤਾਂ ਭੂਆ ਆਈ ਨਹੀਂ ਗਈ। ਉਹ ਤਾਂ ਕਹਿੰਦੀ ਨਾ ਤਾਂ ਮੈਂ 25,000 ਰੁਪਇਆ ਮੋੜਨ ਆਈ ਹਾਂ ਗੁਰਲਾਲ ਦਾ। ਅੱਛਾ ਹਾਂ ਤੇ ਨਾ ਮੈਂ ਰੱਖੜੀ ਬੰਨਣ ਆਈ ਹਾਂ। ਭੂਆ ਨੇ ਕਿੱਥੋਂ ਲਿਆਂਦਾ 25,000 ਰੁਪਇਆ? ਐਡਾ ਦਿਲ ਕਿੱਥੋਂ ਕੱਢ ਲਿਆ ਭੂਆ ਨੇ ਪੈਸੇ ਮੋੜਨ ਦਾ? ਕਹਿੰਦੀ ਮੈਂ ਤਾਂ ਤੇਰੀ ਨੂੰਹ ਨੇ ਕਹਿੰਦੀ ਲਾ ਲਿਆ ਮਗਰ ਮੈਨੂੰ। ਆਹੋ ਕਿਸੇ ਨੇ ਦੱਸਤਾ ਹੋਣਾ ਵੀ ਰਾਹੀ ਵੀਰ ਕੇ ਇਹਨਾਂ ਦੇ ਪੈਸੇ ਮੋੜਦੇ ਨੇ, ਵਰਤਣ ਲੱਗ ਗਏ ਵੀ ਉਹਦੀ ਸੱਸ ਨੇ ਐਂ ਕਹਿਤਾ ਵੀ ਇਹਨਾਂ ਦੇ ਪੈਸੇ ਮੋੜਾਂਗੇ, ਵੀ ਮੈਂ ਵੀ ਮੋੜਦਾ 25,000 ਰੁਪਇਆ, ਮੈਂ ਵੀ ਵਰਤਣ ਲੱਗ ਜੂ, ਮੈਂ ਵੀ ਸੱਚੀ ਹੋ ਜਾ। ਹਾਂ ਮੇਰੇ ਤੇ ਗੱਲ ਨਾ ਜੇ ਕੋਈ ਕਰਕੇ ਬਈ ਮੇਰੇ ਨਾਲ ਤਾਂ ਬਾਹਰ ਲੜੀ ਤੇ ਮੈਂ ਤਾਂ ਉਹਨਾਂ ਦੀ ਚਾਹ ਨਾ ਪਾਣੀ ਕੁਛ ਨੀ ਪੀ ਕੇ ਆਈ, ਡੱਬਾ ਫੜਾ ਕੇ ਮੁੜ ਆਈ। ਅੱਛਾ ਤੇ ਫਿਰ ਤੂੰ ਹਰਪ੍ਰੀਤ ਨਾਲ ਤਾਂ ਗੱਲਾਂ ਬਾਤਾਂ ਕਰੇ ਆਉਂਦੀ? ਉਹ ਤਾਂ ਦੋਨੇ ਲੜਨ ਲੱਗ ਗਈਆਂ, ਨਾਲ ਹੀ ਹਰਪ੍ਰੀਤ ਲੱਗ ਗਈ। ਅੱਛਾ ਹਾਂ ਤੇ ਮੈਂ ਬਾਈ ਤਾਂ ਨਹੀਂ ਬੋਲਿਆ ਕੁਛ? ਉਹ ਤਾਂ ਕੁਛ ਨਹੀਂ ਬੋਲਿਆ, ਉਹ ਤਾਂ ਵਿਚਾਰਾ ਉਂਦੀ ਨਹੀਂ ਬੋਲਦਾ। ਹਾਂ ਤੇ ਮੈਂ ਕਿਹਾ ਭਾਈ ਹਰਪ੍ਰੀਤ ਆਹੋ ਆਪਣੇ ਰਾਜਵੀਰ ਆਊਗੀ ਡੱਬਾ ਲੈ ਕੇ ਬਰਫੀ ਦਾ। ਬੇਬੇ ਮੇਰੇ ਬਾਰੇ ਤਾਂ ਨਹੀਂ ਬੋਲੇ ਫਿਰ ਕੁਛ? ਨਾ ਰਾਜਵੀਰ ਤੇਰੇ ਬਾਰੇ ਤਾਂ ਕੁਛ ਨਹੀਂ ਬੋਲੇ। ਅੱਛਾ ਤੇਰੀ ਭੂਆ ਹੀ ਭੌਂਕਦੀ ਸੀਗੀ ਕਿ ਇਹ ਤੇਰੇ ਨਾਲ ਮੇਰੀ ਨੂੰਹ ਨੇ ਲੱਗੀ ਮੇਰੇ ਨਾਲ ਲੱਗ ਕੇ ਮਰਵਾਤੀ, ਮੈਂ ਤਾਂ ਕਰਦੀ ਨਹੀਂ ਸੀ ਚੋਰੀ। ਮਖੋ ਤਾਂ ਨਿਆਣੀ ਸੀ, ਤੂੰ ਤਾਂ 70 ਸਾਲ ਦੀ ਹੈ, ਤੈਨੂੰ ਤਾਂ ਧੌਲੇ ਝੱਟੇ ਵਾਲੀ ਨੂੰ ਸਮਝ ਆਉਣੀ ਚਾਹੀਦੀ ਸੀ। ਅੱਛਾ ਤੇ ਉਹ ਤਾਂ ਮਖਾ ਨਿਆਣੀ ਸੀਗੀ। ਚੱਲ ਤੇ ਫਿਰ ਬੋਲੀ ਨੀ ਭੂਆ ਕੁਛ? ਹਾਂ ਹੀ ਕਰੀ ਗਈ ਹੈ, ਬੋਲੀ ਗਈ ਹੈ, ਬੋਲੀ ਕਿਉਂ ਨੀ, ਬਥੇਰਾ ਕੁਛ ਬੋਲੀ ਹੈ। ਭੂਆ ਤਾਂ ਗਾਲੀ ਚਲਾ ਕੇ, ਭੂਆ ਤੁਹਾਨੂੰ ਕੀ ਲਈ ਬੈਠੀ ਆ? ਕੀ ਉਹ ਹਰਪ੍ਰੀਤ ਨੂੰ ਲਈ ਬੈਠੀ? ਹਰਪ੍ਰੀਤ ਨੂੰ ਤਾਂ ਹੁਸ਼ਿਆਰ ਕਹਾਉਂਦੀ ਆਪਦੇ ਜਾਣੇ, ਭੂਆ ਨਾਲ ਨਹੀਂ ਜਿੱਤ ਸਕਦੀ ਉਹ। ਤੇ ਫਿਰ ਮੈਨੂੰ ਕਹਿੰਦੇ ਤੇਰੀ ਨੂੰ ਕੀ ਲੱਗੀ ਆਏਗੀ, ਮੈਂ ਤਾਂ ਜਾਣ ਕੇ ਵੀ ਮੱਚੀ ਜਾਣਗੀ ਆਪੇ, ਮੈਂ ਤਾਂ ਐਂ ਕਹਿਤਾ, ਮੈਂ ਕਿਹਾ ਮੈਨੂੰ ਤਾਂ ਪ੍ਰੋਫੈਸਰ ਨਹੀਂ ਲੱਗੀ ਆ। ਲੈ ਬੇਬੇ ਹਾਂ ਹੀ ਨਹੀਂ ਸੀ ਕਹਿਣਾ ਤੂੰ ਵੀ ਪ੍ਰੋਫੈਸਰ ਨਹੀਂ ਲੱਗੀ ਆ, ਤੈਨੂੰ ਚੰਗਾ ਪੜਾ ਤਾਂ ਪਤਾ ਵੀ ਮੈਂ ਤਾਂ ਟੀਚਰ ਲੱਗੀ ਆ ਸਕੂਲ 'ਚ, ਹਜੇ ਲੱਗੀ ਆ। ਅੱਛਾ ਤੇ ਹੋਰ? ਮਤਲਬ ਮੈਂ ਕਿਹਾ ਮੱਚੀ ਜਾਣਗੀਆਂ ਤਾਂ ਹੀ ਕਹਿਤਾ। ਅੱਛਾ ਊ ਮਚਾਉਂਦੀ ਸੀ ਉਹਨਾਂ ਨੂੰ? ਹਾਂ ਕਿੰਨੇ ਪੈਸੇ ਹੁੰਦੇ ਫਿਰ ਊ ਮਾਸਟਰ ਨੂੰ ਲੱਗੀ ਰਹੇ? ਆਹੀ ਹੁੰਦਾ ਬੇਬੇ 30-35,000 ਰੁਪਇਆ ਕੇਰਾ ਲੱਗੇ ਲੱਗੇ ਨੂੰ। ਫਿਰ ਹਜੇ ਤਾਂ ਥੋੜਾ ਹੀ ਆ ਨਾ ਰਾਜ ਵੀਰ? ਥੋੜਾ ਨਹੀਂ ਬੇਬੇ, ਆਪਣੇ ਵਾਸਤੇ ਬਹੁਤ ਆ। ਅੱਛਾ ਹੋਰ 30-30 ਨਾਲ ਤੈਨੂੰ ਪਤਾ ਹੀ ਹੈਗਾ ਮਹੀਨੇ ਦਾ 30 ਕੀ ਆਪਾਂ ਖਾ ਜਾਾਂਗੇ। ਤੇ ਫਿਰ ਊ ਤਾਂ ਐ ਵੀ 3 ਮਹੀਨਿਆਂ ਦਾ 1 ਲੱਖ ਬਣ ਜਾ ਕਰੂ ਹਨਾ? ਹਾਂ ਬੇਬੇ 90,000 ਰੁਪਇਆ ਬਣ ਜਾ ਕਰੂਗਾ। ਹਾਂ ਇੰਨਾ ਤਾਂ ਫਿਰ 3 ਮਹੀਨਿਆਂ 'ਚ ਬਣ ਜਾ ਕਰੂ। ਚੱਲ ਚੱਲ ਆਏ ਆ, ਥੋੜਾ ਬਹੁਤ ਆਪਣਾ ਖਰਚਾ ਕੱਢ ਕੇ ਫਿਰ ਵੀ ਆਪਣੇ ਕੋਲ ਪੈਸੇ ਬਹੁਤ ਬਚ ਜਾ ਕਰਨਗੇ। ਹਾਂ ਆਪਣੇ ਕਿਹੜਾ ਖਰਚਾ ਹੈਗਾ, ਫਿਰ ਆਏ ਬੇਬੇ ਹੌਲੀ ਹੌਲੀ ਵੱਧ ਜਾਂਦੇ ਆ ਇਹ। ਅੱਛਾ ਹਾਂ ਇਹ ਤਾਂ 50 ਤੇ ਜਾ ਕੇ ਰੁਕ ਜਾਂਦੀ ਹੈ ਤਨਖਾਹ, 50,000 ਰੁਪਇਆ ਦੇਣ ਲੱਗ ਜਾਂਦੇ ਆ। ਅੱਛਾ ਫਿਰ ਉਹ 2-3 ਸਾਲਾਂ ਤੋਂ ਵੱਧਦੇ ਆ। ਹਾਂ ਹੌਲੀ ਹੌਲੀ ਵੱਧ ਜਾਂਦੇ ਆ, ਤੈਨੂੰ ਪਤਾ ਹੀ ਆ ਫਿਰ ਟਾਈਮ ਲੱਗਦਾ ਹਰੇਕ ਕੋਈ ਵੀ ਕੰਮ ਆਪਾਂ ਕਰਦੇ ਆ। ਠੀਕ ਹੈ ਫਿਰ ਆਪਾਂ ਇਹਦੇ ਫਰਸ਼ ਫੁਰਸ ਲਾ ਲਾਂਗੇ ਵਧੀਆ ਇੱਟਾਂ ਦੀ। ਫਰਸ਼ ਤਾਂ ਲਾ ਲਾਂਗੇ, ਹੋਰ ਬੇਬੇ ਇਹਦੇ ਤਾਂ ਚੱਲ ਥੋੜਾ ਹੀ ਲੱਗੂਗਾ, ਇਹ ਤਾਂ ਕਰ ਲਾਂਗੇ ਆਪਾਂ ਫਰਸ਼ ਜੀ ਤਾਂ ਲਾਵਾਂਗੇ। 2-3 ਮਹੀਨੇ ਹੋ ਗਏ ਲੱਗੀ ਨੂੰ, ਉਹ ਤਾਂ ਫਿਰ ਆਪਾਂ ਵਧੀਆ ਸਾਰੇ ਇੱਥੇ ਆਏ ਸਾਰੇ ਬੇੜਾ ਪੱਕਾ ਕਰ ਲਾਂਗੇ ਬੇਬੇ, ਪੱਕੀ ਲਾ ਲਾਂਗੇ, ਸਾਰੀ ਲਾ ਲਾਂਗੇ, ਇੱਧਰ ਜਿਹੜਾ ਜਿੰਨਾ ਕੱਚਾ ਗਾ ਸਾਰਾ ਪੱਕਾ ਕਰ ਲਾਂਗੇ। ਹਾਂ ਪੱਕਾ ਕਰ ਲਾਂਗੇ। ਤੇ ਡੱਬਾ ਤਾਂ ਫੜਾਇਆ ਜਾਂਦਾ ਸੀ? ਉਹ ਤਾਂ ਮੈਂ ਫੜਾਇਆ ਸੀ ਲੱਡੂਆਂ ਦਾ ਤਾਂ। ਚੱਲ ਮੈਂ ਹਾਂ ਹੀ ਪੁੱਛਦੀ ਸੀਗੀ, ਤੂੰ ਬਰਫੀ ਵਾਲਾ ਫੜਾਇਆ ਉਹਨਾਂ ਨੂੰ? ਬਰਫੀ ਵਾਲਾ ਮੈਂ ਫੜਾ ਕੇ ਆਉਂਗੀ, ਹੋਰ ਉਹ ਤਾਂ ਭੂਆ ਲਏਗੀ। ਉਹ ਡੱਬਾ ਭੂਆ ਲਏਗੀ?
ਤੂੰ ਹੀ ਤਾਂ ਦੱਸਿਆ ਮੈਨੂੰ, ਕਹਿੰਦੀ ਭੂਆ ਲੈ ਗਈ, ਲੈ ਗਈ ਉਹ ਮੈਂ ਇੱਥੇ ਮਗਰੋਂ ਗਈ ਹੁਣੇ, ਮੈਨੂੰ ਨੀ ਪਤਾ, ਮੈਂ ਤਾਂ ਛੱਡ ਕੇ ਆ ਗਈ ਸੀ ਬੈਠੀਆਂ ਅੰਦਰ ਨਾਲ ਨੂੰ। ਅੱਛਾ ਆਹੋ ਬੈਠੀਆਂ ਸੀ। ਚੱਲ ਐਂ ਕਰਦੀਆਂ ਬੇਬੇ ਮੇਰੀ ਗੱਲ ਸੁਣ, ਤੇ ਮੀਂਹ ਦਾ ਕੋਈ ਪਤਾ ਨੀ, ਬੱਦਲ ਬੁੱਦਲ ਫੇਰ ਆ ਜਾਣ, ਤੇ ਤੂੰ ਨਾ ਮਾੜਾ ਮੋਟਾ ਜਿਹੜਾ ਕੰਮ ਧੰਦਾ ਰਹਿੰਦਾ ਉਹ ਕਰ ਲਾ, ਤੇ ਮੇਰਾ ਐਂ ਨੀ ਪਤਾ ਮੈਂ ਕਦੋਂ ਮੁੜ ਕੇ ਆਵਾਂ। ਕੋਈ ਨੀ ਤੂੰ ਕਦੋਂ ਆ ਜਾਈ, ਮੈਂ ਆਪੇ ਸਾਰਾ ਕੰਮ, ਪਹਿਲਾਂ ਮੈਂ ਡਿਊਟੀ ਤੇ ਜਾਊਂਗੀ, ਡਿਊਟੀ ਤੋਂ ਬਾਅਦ ਉਦੋਂ ਬਾਅਦ ਫਿਰ ਮੈਂ ਪਿੰਡ ਜਾਊਂਗੀ। ਚੰਗਾ, ਹੋਰ ਮਿਲ ਆਊਂਗੀ ਨਾਲੇ ਤਾਂ ਆਖਣਗੇ ਵੀ ਜਿੱਦੇ ਦੀ ਲੱਗੀ ਆ, ਨਾ ਤਾਂ ਸਾਨੂੰ ਫੋਨ ਕਰਦੀ ਆ ਨਾ ਸਾਡੇ ਕੋਲੇ ਆਈ ਆ। ਕੋਈ ਨੀ ਬਥੇਰਾ ਜਾਇਆ ਏ, ਆਪਾਂ ਤਾਂ ਜਾਣਾ ਨੀ, ਬਸ ਹੁਣ ਕੱਲਾ ਡੱਬਾ ਹੀ ਦੇਣਾ ਉਹਨਾਂ ਦੇ ਆ। ਲੈ ਜਾਣਾ ਕਿਉਂ ਨੀ ਬੇਬੇ, ਤੂੰ ਤਾਂ ਬਾਲਾ ਕੁਛ ਆਖੇਂਗੀ, ਐ ਨੀ ਗਾ ਉਹ ਕਰਦੇ ਹੁੰਦੇ, ਤੂੰ ਤਾਂ ਮਾੜੀ ਮਾੜੀ ਗੱਲ ਤੇ ਰੁੱਸਣ ਲੱਗ ਜਾਂਦੀ ਆ ਅਗਲੇ ਨਾਲ। ਜਾ ਕੇ ਕਰਨਾ ਗਾ ਉਹਨਾਂ ਦੇ, ਬਥੇਰਾ ਕੁਛ ਕਰਿਆ ਉਹਨਾਂ ਨੇ, ਬਥੇਰੇ ਨੱਕ ਬੁੱਲ ਕੱਢੇ ਆ, ਬਥੇਰਾ ਕਹਾਲ ਆ ਉਹਨਾਂ ਤੋਂ। ਹੁਣ ਰੋਜ਼ ਇਹਨਾਂ ਦੇ ਬਾਰ 'ਚ ਜਾਂਦੇ ਆ ਤਾਂ ਸ਼ਰਮ ਆਉਣੀ ਚਾਹੀਦੀ ਆ ਵੀ ਕੀ ਕਰਨ ਜਾਵੇਂਗੀ ਤੂੰ ਰੋਜ਼ ਇਹਨਾਂ ਦੇ, ਅਣਖ ਮੰਨ ਕੇ ਰਹਿ ਆਪਦੇ ਘਰੇ, ਤੈਨੂੰ ਰੱਬ ਨੇ ਨੌਕਰੀ ਦੇ ਤੀ, ਆਪਦੇ ਘਰੇ ਖਾ ਅਤੇ ਕਮਾ, ਹੈਂ ਇੰਨਾ ਕੁਛ ਕਰਦੀ ਰਹੀ ਹੈ ਤੇਰੀ ਭਰਜਾਈ ਤੇਰੇ ਨਾਲ, ਨਹੀਂ ਮੈਨੂੰ ਕਹਾਉਣਾ ਪੈ ਗਿਆ ਉਹਨਾਂ ਤੋਂ, ਮੈਂ ਤਾਂ ਇਹੋ ਜਿਹਾ ਤੂੰ ਹੀ ਨਹੀਂ ਕਹਾਉਂਦੀ ਸੀ ਕੋਈ ਗੱਲ। ਲੈ ਆਹ ਤਾਂ ਬੇਬੇ ਨੇ ਮੈਨੂੰ ਨਵੀਂ ਗੱਲ ਦੱਸਤੀ ਵੀ ਭੂਆ ਆਈ ਸੀ, ਭੂਆ ਬਹੁਤ ਤੇਜ਼ ਆ, ਐਂ ਨਹੀਂ ਪਤਾ ਹੁਣ ਕੀ ਕੀ ਗੱਲਾਂ ਕਰਕੇ ਗਈ ਹੋਊ ਹਰਪ੍ਰੀਤ ਕੋਲੇ, ਉਹੀ ਜਿਹੀ ਲਾਈ ਲੱਗ ਹਰਪ੍ਰੀਤ ਆ, ਐਂ ਨਹੀਂ ਪਤਾ ਮਗਰ ਲੱਗ ਜੇ ਭੂਆ ਦੇ। ਇੱਕ ਆ ਬੇਬੇ ਉੱਤੋਂ ਗੱਪ ਮਾਰਨ ਨੂੰ ਰਹਿੰਦੀ ਆ, ਤੈਨੂੰ ਕੀ ਲੋੜ ਆ ਉੱਥੇ ਗੱਪ ਸੜੱਪ ਮਾਰਨ ਦੀ, ਪ੍ਰੋਫੈਸਰ ਲੱਗੀਆਂ ਨਾਲੇ ਹੋਰ ਕੁਛ ਲੱਗੀਆਂ, ਜਿਹੜਾ ਮਸਾਂ ਮਹਾਰਾਜ ਨੇ ਸੁਣੀ ਆ ਉਹ ਗੱਪ ਮਾਰੀ ਜਾਂਦੀ ਰਹਿੰਦੀ ਹੈ। ਚਲੋ ਤਾਂ ਜਾ ਕੇ ਮੈਂ ਦੱਸ ਦੂੰਗੀ ਉਹਨਾਂ ਨੂੰ, ਕੀ ਪਤਾ ਯਕੀਨ ਕਰੂ ਕਿ ਨਾ ਕਰੂ, ਇਹਦੀ ਗੱਲ 'ਤੇ ਵੱਧ ਯਕੀਨ ਕਰਦੀ ਆ ਹਰਪ੍ਰੀਤ। ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਈ, ਭੈਣ ਤਾਂ ਕਹਿੰਦੀ ਸੀ ਮੈਂ ਮਾਸਟਰ ਨਹੀਂ ਲੱਗੀ ਹਾਂ, ਮਾਸੀ ਕਹਿੰਦੀ ਕਿ ਤਾਂ ਪ੍ਰੋਫੈਸਰ ਲੱਗੀ ਆ ਵੱਡੀ, ਹੁਣ ਪਤਾ ਨਹੀਂ ਕੌਣ ਝੂਠ ਬੋਲਦਾ। ਹਰਪ੍ਰੀਤ ਲੱਪੜੇ ਹੋ ਜਾ, ਮੈਂ ਕਿਹਾ ਪਾਣੀ ਕੱਢਣਾ ਮੀਂਹ ਦਾ, ਪਾਣੀ ਤਾਂ ਫੇਰ ਕਰਦੀ ਤੂੰ। ਹਾਂ ਉਹ ਮੇਰੇ ਦਿਮਾਗ 'ਚ ਗੱਲ ਘੁੰਮੀ ਜਾਂਦੀ ਹੈ। ਹੁਣ ਕੀ ਘੁੰਮੀ ਜਾਂਦਾ ਤੇਰੇ ਦਿਮਾਗ 'ਚ, ਹੁਣ ਕੀ ਨਵਾਂ ਪਾਣੀ 'ਚ ਕਾਹਨੂੰ ਵੜੀ ਜਾਂਦਾ ਇੱਧਰ ਆ ਜਾ। ਤਾਂ ਕੋਈ ਗੱਲ ਨਹੀਂ, ਪਾਣੀ ਤਾਂ ਮੀਂਹ ਦਾ ਫੇਰ ਦੁਬਾਰੇ ਆਉਣ ਵਾਲਾ ਹੈਗਾ। ਹਾਂ ਉਹ ਮਾਸੀ ਤਾਂ ਕਹਿੰਦੇ ਸੀਗੇ ਰਾਜਵੀਰ ਪ੍ਰੋਫੈਸਰ ਲੱਗੀ ਹੈਗੀ, ਹਾਂ ਵੱਡੀਆਂ ਗੱਲਾਂ ਕਰਦੀ ਸੀ। ਉਹ ਤਾਂ ਕਹਿੰਦੀ ਸੀ ਲੱਖ ਰੁਪਈਆ ਤਨਖਾਹ ਹੈ ਮੇਰੀ ਨੂੰਹ ਦਾ ਕਿ ਪ੍ਰੋਫੈਸਰ ਹੈ ਮੇਰੀ ਨੂੰਹ ਤਾਂ। ਹਾਂ ਤੇ ਭੈਣ ਕਹਿੰਦੀ ਸੀ ਕਿ ਮੈਂ ਮਾਸਟਰ ਨਹੀਂ ਲੱਗੀ ਹੈਗੀ। ਮਾਸਟਰ ਨਹੀਂ, ਕਿਹਦਾ ਸੱਚ ਮੰਨੀਏ। ਹਾਂ ਬੁੜੀ ਤਾਂ ਪਾਡੀ ਹੈ, ਬੁੜੀ ਤਾਂ ਉਹੀ ਫੁਕਰੀਆਂ ਮਾਰਦੀ ਹੈ, ਮੈਨੂੰ ਪਹਿਲਾਂ ਪਤਾ ਸੀ ਵੀ ਬੁੜੀ ਦੀ ਗੱਲ 'ਚ ਦਮ ਹੈ ਨਹੀਂ। ਉਹ ਐਂ ਝੂਠ ਤਾਂ ਨਹੀਂ ਬੋਲਦੀ ਮਾਸੀ, ਜੇ ਤੂੰ ਗੱਲਾਂ ਕਰਦੀ ਹੈ। ਮੈਨੂੰ ਸਭ ਪਤਾ, ਉਹ ਭੂਆ ਨੂੰ ਦੇਖ ਕੇ ਉਹ ਤਾਂ ਉਹੀ ਹਵਾ 'ਚ ਆ ਗਈ। ਉਹ ਤਾਂ ਕਹਿੰਦੀ ਲੱਖ ਰੁਪਈਆ ਤਨਖਾਹ ਨਾ, ਮੈਂ ਕਿਹਾ ਤੁਸੀਂ ਇੰਨੇ ਪੈਸੇ ਕਿੱਥੇ ਧਰੋਗੇ, ਕੀ ਕਰੋਗੇ ਇੰਨੇ ਪੈਸਿਆਂ ਦਾ। ਕਹਿੰਦੀ ਬਥੇਰੇ ਲੋਕਾਂ ਦੇ ਲੈ ਲੈ ਕੇ ਖਾਦੇ ਨੇ ਮੋੜ ਦੇ ਕੇ ਖਾਦੇ, ਪਾਡੀਆਂ ਮਾਰਦੀ ਆ ਵੀ ਲੋਕ ਸਾਨੂੰ ਗਰੀਬ ਨਾ ਕਹਿਣ ਵੀ ਅਸੀਂ ਤਾਂ ਅਮੀਰ ਹੋ ਗਏ, ਐਂ ਕਹਿੰਦੀ ਆ। ਪਰ ਮੈਂ ਤਾਂ ਕਹਿਣਾ ਮੇਰੀ ਭੈਣ ਕੇ ਅਮੀਰ ਹੋ ਜਾਣਾ ਚੰਗੀ ਗੱਲ ਐ, ਅਮੀਰ ਤਾਂ ਹੋ ਜਾਣਾ। ਇਹ ਪ੍ਰੋਫੈਸਰ ਹੈ ਨਹੀਂ, ਮਾਸਟਰ ਨਹੀਂ ਐ, ਮਾਸਟਰਾਂ ਦੀ ਤੈਨੂੰ ਪਤੀ ਐ ਲੱਗਦਿਆਂ ਦੀ 30-35 ਹਜ਼ਾਰ ਰੁਪਈਆ ਤਨਖਾਹ ਹੁੰਦੀ ਹੈਗੀ, ਲੱਖ ਕੌਣ ਦੇ ਦੂ ਲੱਗਦੇ ਨੂੰ। ਉਹ ਚਲ 30-35 ਬਥੇਰੀ ਐ, ਹੌਲੀ ਹੌਲੀ ਵੱਧ ਜਾਊਗੀ ਤਨਖਾਹ ਤਾਂ। ਵੱਧ ਤਾਂ ਜਾਊਗੀ, ਮੈਂ ਕਿਹੜਾ ਐ ਕਹਿੰਦੀ ਆ, ਵੱਧ ਹੀ ਨਹੀਂ, ਆਏ ਸਾਲ ਵੱਧਦੀ ਐ ਤਨਖਾਹ ਤਾਂ ਮਾਸਟਰ ਦੀ ਤਾਂ। ਉਹ ਨਾ ਆਪਣੀ ਮੁੜ ਕੇ ਕੋਈ ਗੱਲ ਹੋਈ ਐ ਭੈਣ ਨਾਲ। ਗੱਲ ਤਾਂ ਐ ਕਰ ਭੈਣ ਨਾ, ਮੈਂ ਕਰੂੰਗੀ ਰਾਜਵੀਰ ਨਾਲ ਗੱਲ, ਤੇ ਤੂੰ ਚੱਲ ਇੱਧਰ ਮਾ ਪਾਣੀ ਜਾ ਕੱਢਿਆ ਵਾ, ਮੈਂ ਮਾਰ ਕੇ ਪੁੱਛਦੀ ਆ ਉਹਨੂੰ, ਸਾਰੀ ਗੱਲਬਾਤ ਪੁੱਛੀ, ਸਾਰੀ ਪੁੱਛੂ ਉਹਨੂੰ। ਵਗ ਜਾ ਤੂੰ। ਇਹ ਕਹਿੰਦੀ ਲੈ ਮੈਂ ਗੱਲ ਕਰੂੰਗੀ, ਉਹ ਚੱਲ ਗੱਲ ਕਰੀ ਤੂੰ ਪਤਾ ਲੱਗੂਗਾ। ਉਹ ਮਾਸੀ ਐ ਕੋਈ ਝੂਠ ਬੋਲਣ ਵਾਲੀ ਲੱਗਦੀ ਤਾਂ ਹੈ ਨਹੀਂ ਸੀ ਵੀ ਝੂਠ ਬੋਲੂ, ਇਹ ਕਹਿੰਦੀ ਮੈਂ ਫੁੱਕਰੀਆਂ ਮਾਰਦੀ ਆ। ਮੈਨੂੰ ਪਤਾ ਉਹ ਬੁੜੀ ਦਾ, ਸ਼ਾਰੀਆਂ ਕਰਦੀਆਂ ਸਾਰਾ ਦਿਨ, ਭੂਆ ਦੇ ਹੁੰਦੇ ਜਾਣ ਕੇ ਕਹਿ ਕੇ ਗਈ ਚਲਾਕੀ ਨਾ, ਚਲਾਕ ਬੁੜੀ ਆ, ਐਡੀ ਤੇਜ਼ ਬੁੜੀ ਐ, ਇਹ ਵੀ ਗੱਲ ਹੋ ਸਕਦੀ ਆ ਨਾ। ਤਾਰੂ ਐ ਤੇਰੇ ਕੋਲ ਬੈਠੇ ਤੋਂ, ਭੂਆ ਦੇ ਬੈਠੇ ਤੋਂ ਬਾਲੀ ਹਵਾ ਜੀ ਕਰ ਗਈ ਹੋਵੇ ਕਿਤੇ, ਨਹੀਂ ਤੈਨੂੰ ਉਹ ਕੀ ਲਈ ਬੈਠੀ ਐ ਬੁੜੀ।
ਮੇਰੇ ਪੈਸੇ ਤਾਂ ਜਮਾ ਨਾ ਮੋੜਿਓ ਭੂਆ ਦੀ। ਆਹੋ ਤੂੰ ਤਾਂ ਕਾਹਨੂੰ ਮੰਗਣੇ ਪੈਸੇ, ਤੈਨੂੰ ਤਾਂ ਕੀ ਲੋੜ ਹੈ ਪੈਸਿਆਂ ਦੀ, ਤੈਨੂੰ ਕਿਹੜਾ ਲੋੜ ਹੈ ਕੋਈ, ਤੈਂ ਕਿਹੜਾ ਕੁਛ ਕਰਨਾ ਹੈ। ਅਮਲੀਏ ਜਦੋਂ ਇੰਨੀ ਤਨਖਾਹ ਹੋ ਗਈ ਮੇਰੀ ਭੈਣ ਦੀ, ਉਹ ਆਪ ਹੀ ਮੋੜ ਦੇਣਗੇ, ਰਿਸ਼ਤੇਦਾਰ ਤੋਂ ਮੰਗੀ ਤੇ ਥੋੜਾ ਹੁੰਦੇ ਨੇ। ਤੂੰ ਮੈਨੂੰ ਫੋਨ ਫੜਾ, ਮੈਂ ਰਾਜਵੀਰ ਨਾਲ ਗੱਲ ਕਰਦੀ ਆ। ਲੱਗ ਐਵੇਂ ਨਾ ਸਾਰੀਆਂ ਗੱਲਾਂ ਲੱਗ ਜਾਏ, ਦੱਸਦੀ ਵੀ ਤੇਰੀ ਸੱਸ ਐਂ ਕਹੇਗੀ ਐਂ ਕਹੇਗੀ, ਮੂੰਹ ਤੇ ਨੀ ਗੱਲ ਕਹੀ ਦੀ ਹੁੰਦੀ ਅਗਲੇ ਨੂੰ। ਚੱਲ ਮੈਂ ਕਾਹਨੂੰ ਕਹਿਣੀ ਆ, ਹੁਣ ਕੀ ਪਤਾ ਵਿਚਾਰੀ ਉਹੀ ਗੱਲ ਅੱਗੇ ਤਾਂ ਘਰੇ ਹੁੰਦੀਆਂ ਸੱਸ ਨੂੰ ਹਾਂ ਲੜਦੀਆਂ ਫਿਰਦੀਆਂ ਰਹਿੰਦੀਆਂ, ਹੁਣ ਕੀ ਪਤਾ ਕਿੱਥੇ ਬੈਠੀ ਹੋਊਗੀ। ਉਹ ਸਲੀਕੇ ਨਾਲ ਗੱਲ ਕਰੀ ਦੀ, ਮੇਰੇ ਹਿਸਾਬ ਨਾਲ ਗੱਲ ਕਰੂੰਗੀ, ਹੁਣ ਤਾਂ ਮੈਂ ਪਿਆਰ ਨਹੀਂ ਬੋਲੂੰਗੀ। ਆਹੋ ਚੰਗਾ, ਤੂੰ ਵਗ ਜਾ, ਮੈਂ ਆਪੇ ਕਰ ਲੂੰ ਰਾਜਵੀਰ ਨਾਲ ਗੱਲ। ਵਗ ਜਾ, ਮੈਂ ਤੈਨੂੰ ਦੱਸ ਕੀ ਕਹਿਣਾ, ਜੇ ਮੈਂ ਕੋਲੇ ਖੜ ਜਾਊਂਗਾ। ਖੜ ਜਾ ਫਿਰ ਵਿੱਚ ਬੋਲੇਗਾ। ਚੰਗਾ ਕਰ ਲੈ ਗੱਲ, ਫਿਰ ਵਿੱਚ ਬੋਲੇਗਾ ਵੀ ਤੂੰ ਕੀ ਕਹਿਨੀ ਆ, ਨਾ ਇਹਨਾਂ ਕਹਿ ਇਹਨਾਂ ਕਹਿ, ਤੂੰ ਕਿਤੇ ਆਈ ਆ ਭਲਾ ਵੀ ਆਈ ਹਟ ਜਾਏਗਾ। ਕੋਈ ਨੀ ਬੁੜੀ ਦੀ ਤਾਂ ਮੈਂ ਕੱਢਦੀ ਆ ਹਵਾ, ਬੁੜੀ ਬਾਹਲੀ ਕਰਦੀ ਸੀ ਨਾ, ਫੁਕਰੀਆਂ ਮਾਰਦੀ ਸੀ, ਮੇਰੀ ਨੂੰਹ ਦਾ ਤਾਂ 1,00,000 ਰੁਪਈਆ, ਮੇਰੀ ਨੂੰਹ ਤਾਂ ਪ੍ਰੋਫੈਸਰ ਬਣ ਗਈ। ਕੋਈ ਨੀ ਪੁੱਛੂਗੀ ਤਾਂ ਹੈਗੀ ਰਾਜਵੀਰ ਨੂੰ ਵੀ ਪ੍ਰੋਫੈਸਰ ਹੈ ਕਿ ਤੇਰੀ ਸੱਸ ਕਹਿ ਕੇ ਗਈ, ਇਹ ਤਾਂ ਕਹਿ ਗਿਆ। ਉਹ ਕਹੇ ਪੁੱਛੀ ਨਾ ਤੂੰ, ਲੈ ਪੁੱਛੇ ਬਿਨਾਂ ਗੱਲ ਕਿਵੇਂ ਬਣੂ, ਮੈਂ ਲਾਉਂਦੀ ਹਾਂ ਉਹਦਾ ਨੰਬਰ। ਨੀਰਾ ਦਾ ਦਿੱਤਾ ਪਾ, ਹੁਣ ਮੈਂ ਉਹ ਕਰਾਂ, ਮਸਾ ਬੰਨ ਲਿਆ, ਮਸਾ ਬੰਨ ਕੇ ਤੇ ਫਿਰ ਤਾਂ ਕੋਈ ਦਾ ਰਾਜਵੀਰ ਤਾਂ ਹੁਣ ਬਾਗ ਗਿਆ ਦੇ ਪੇਕੀ ਤੇ ਆਊਗੀ ਹੱਥ ਨੇ। ਰਾਜਵੀਰ ਨੂੰ ਇੱਕ ਤਾਂ ਮੈਂ ਐਂ ਕਹਿਣਾ ਸੀਗਾ ਵੀ ਤੂੰ ਉਹ ਲਿਆਈ ਮਦਾਣੇ ਦਾ ਡੱਬਾ, ਮੈਂ ਦੇਰੇ ਸੁੱਖ ਦੇ ਕੇ ਆਉਣੀ ਆ। ਉਹ ਫੋਨ ਲਾ ਕੇ ਪੁੱਛਦੀ ਆ, ਮੈਂ ਤਾਂ ਉਹਨੂੰ ਐਵੇਂ ਨਹੀਂ ਪੁੱਛਿਆ ਵੀ ਤੂੰ ਲੱਗੀ ਕਿੱਥੇ ਆ, ਮੈਂ ਤਾਂ ਆਪਦੇ ਚਾਚ ਭੁੱਲ ਹੀ ਗਈ। ਫੋਨ ਲਾਉਣੀ ਆ, ਫੋਨ ਲਾ ਕੇ ਪੁੱਛਦੀ ਆ ਵੀ ਤੂੰ ਕਿੱਥੇ ਲੱਗੀ ਐਂ, ਕੀ ਕਿਹੜੇ ਪਿੰਡ ਗਈ ਐਂ। ਚੱਲ ਐਂ ਜੇ ਮੈਂ ਹੁਣ ਫੋਨ ਲਾ ਲਿਆ ਫਿਰ ਉਹਨੂੰ ਚੱਕਣਾ ਪਊਗਾ, ਫੋਨ ਤਾਂ ਅੱਜ ਦਾ ਦਿਨ ਲਾਉਂਦੀ ਨਹੀਂ, ਪਹਿਲਾ ਦਿਨ ਹੈ। ਅਗਲੇ ਕਹਿ ਦਿੰਦੇ ਵੀ ਤੈਨੂੰ ਫੋਨ ਹੀ ਆਈ ਜਾਂਦੇ, ਛੱਡ ਪਰੇ ਲਾ ਹੀ ਨਾ। ਪਰੇ ਜਾ ਕੀ ਗੱਲ ਕਰਕੇ ਆਉਂਦੀ ਆ, ਇੱਥੇ ਤਾਂ ਇਹ ਸੁਣਨ ਨਹੀਂ ਲੱਗ ਜੂ ਮੰਗ ਰਾ ਕੇ ਮੇਰੇ ਕਾਂ ਗੱਲਾਂ। ਹੈਲੋ, ਹੈਲੋ ਰਾਜਵੀਰ। ਹਾਂ ਸਤਿ ਸ਼੍ਰੀ ਅਕਾਲ ਭਾਬੀ। ਸਤਿ ਸ਼੍ਰੀ ਅਕਾਲ, ਹੋਰ ਸੁਣਾ ਕੀ ਹਾਲ ਚਾਲ ਹੈ? ਠੀਕ ਆ ਵਧੀਆ, ਤੁਸੀਂ ਦੱਸੋ? ਮੈਂ ਤਾਂ ਠੀਕ ਆ ਵਧੀਆ। ਤੇ ਕਿੱਥੇ ਹੁਣ ਤੂੰ? ਮੈਂ ਡਿਊਟੀ ਤੇ ਸੀ ਭਾਬੀ। ਅੱਛਾ ਡਿਊਟੀ ਤੇ ਹੈ? ਹਾਂਜੀ। ਤੇ ਮੈਂ ਤਾਂ ਅੱਜ ਫੇਰ ਤਾਂ ਭਈ ਚੱਲ ਆਇਆ ਨਾ, ਹਿਸਾਬ ਜੇ ਨਾ ਬੋਲੀ ਕੁੜੇ, ਪਹਿਲੇ ਦਿਨ ਹੀ ਗਈ ਆ ਅੱਜ। ਹੋਰ ਭਾਬੀ ਪਹਿਲਾ ਦਿਨ ਹੀ ਆ। ਚੱਲ ਵਧਾਈਆਂ ਤੈਨੂੰ, ਵਧੀਆ ਤੂੰ ਬਾਗੀ ਡਿਊਟੀ ਤੇ। ਰੱਬ ਸੋਨੂੰ ਵੀ ਵਧਾਵੇ, ਸਾਨੂੰ ਤਾਂ ਹੁਣ ਤੇਰੇ ਨਾਲ ਹੀ ਵਧਾ ਦੂਗਾ, ਜੇ ਤੂੰ ਵੱਧ ਗਈ ਅਸੀਂ ਵੀ ਵੱਧ ਜਾਾਂਗੇ। ਤੇ ਪਹਿਲਾਂ ਮੈਨੂੰ ਐਂ ਦੱਸ, ਤੇਰੀ ਸੱਸ ਤਾਂ ਕਹਿੰਦੀ ਸੀ ਕਿ ਪ੍ਰੋਫੈਸਰ ਲੱਗੀ ਹੈ, ਪ੍ਰੋਫੈਸਰ ਹੈ ਕਿ ਮਾਸਟਰ ਨਹੀਂ ਹੈ? ਐ ਬਿਮਾਰੀ ਹੁੰਦੀ ਹੈ ਭਾਬੀ, ਤੈਨੂੰ ਪਤਾ ਟੀਚਰ ਦੀ ਨੌਕਰੀ ਤਾਂ ਮਸਾਂ ਮਿਲੀ ਹੈ, ਭਕਾਈ ਕਰ ਕਰਕੇ ਇਹ ਕਿਹੜਾ ਸੌਖੀਆਂ ਨੌਕਰੀਆਂ ਮਿਲਣਗਾ। ਹਾਂ ਮੈਂ ਤਾਂ ਨਹੀਂ ਲੱਗੀ ਆ ਤੇਰੀ ਸੱਸ ਦਾ ਤਾਂ ਮੈਨੂੰ ਪਤਾ, ਉਹ ਤਾਂ ਭੂਆ ਨੂੰ ਦੇਖ ਕੇ ਨਾ ਹਵਾ ਚ ਆ ਗਈ, ਫੁਕਰੀਆਂ ਮਾਰ ਗਈ ਉਰੇ। ਉਹ ਥੋੜਾ ਜਿਹਾ ਭੂਆ ਨੂੰ ਦੇਖ ਕੇ ਉਹ ਹੋ ਜਾਂਦੀ ਹੈ, ਹਾਂ ਗੁੱਸਾ ਜਿਹਾ ਕਰਦੀ ਹੈ ਭੂਆ ਦੀ ਗੱਲ ਦਾ। ਹਾਂ ਉਹ ਭੂਆ ਨੂੰ ਬੁਲਾਈ ਕੁਛ ਬੋਲੀ ਭਾਈ, ਭੂਆ ਦੇ ਤਾਂ ਗੱਲ ਪੈ ਗਈ, ਮੈਂ ਤਾਂ ਮਸਾਂ ਹਟਾਈ। ਅੱਛਾ ਤੇ ਮੀਂਹ ਸੋਡੇ ਵੀ ਹੈਗਾ ਆਪਣੇ ਤਾਂ, ਬੁਲਾਈ ਮੀਂਹ ਹੈ? ਹਾਂ ਮੀਂਹ ਤਾਂ ਬਹੁਤ ਆ ਭਾਬੀ ਇੱਥੇ। ਅੱਛਾ ਤੇ ਆਉਣਾ ਸੀਗਾ ਮੈਂ ਅੱਜ ਆਉਣਾ ਸੀ। ਫਿਰ ਹੁਣ ਤੂੰ ਡਿਊਟੀ ਗਈ ਹੋਈ ਹੈ, ਕਦੋਂ ਤੂੰ ਡਿਊਟੀ ਤੋਂ ਘਰੇ ਗਈ, ਕਦੋਂ ਤੂੰ ਆਈ, ਮੌਸਮ ਖਰਾਬ ਹੋਇਆ ਪਿਆ। ਨਹੀਂ ਭਾਬੀ ਮੇਰੀ ਡਿਊਟੀ ਇੱਥੇ ਆ, ਤੁਸੀਂ ਗੱਲ ਨਾ ਕਰਿਓ ਕਿਸੇ ਕੋਲੇ, ਬੇਬੇ ਕੋਲੇ ਤਾਂ ਮੈਂ ਦੱਸਿਆ ਨਹੀਂ ਹਜੇ। ਅੱਛਾ ਆਪਣੇ ਪਿੰਡ ਹੀ ਹੈ? ਆਪਣੇ ਪਿੰਡ ਹੀ ਆ ਡਿਊਟੀ ਮੇਰੀ। ਇਹ ਤਾਂ ਬਾਲੀ ਵਧੀਆ ਹੋਇਆ। ਔਰ ਮੈਂ ਚੱਲ ਮੈਂ ਕਿਹਾ ਬਾਹਰ ਦੀ ਬਾਹਰ ਹੀ ਮੁੜ ਜਾ ਕਰੂੰਗੀ, ਕਈ ਵਾਰੀ ਨਾਲੇ ਲੋੜ ਹੋਇਆ। ਬਾਹਰ ਦੀ ਬਾਹਰ ਕਿਉਂ ਮੁੜਿਆ ਕਰੇਂਗੀ, ਸੰਗਾ ਆਇਆ ਕਰੀ ਘਰੇ, ਬੁੜੀ ਨੂੰ ਤਾਂ ਹੁਣੀ ਕਰਾਂਗੇ ਲੋਟ, ਜਿੱਦੇ ਜੀ ਜਿੱਦੇ ਤੇਰਾ ਜੀ ਕਰਿਆ ਕਰੂ। ਕਣੀਆਂ ਆਈਆਂ ਨੇ ਇੱਧਰ ਹੋ ਜਾ,
ਕੋਈ ਨੀ ਤੈਨੂੰ ਕਣੀਆਂ ਕੀ ਕਹਿੰਦੀਆਂ, ਮੈਂ ਕਿਹੜਾ ਕਣੀਆਂ ਚ ਖੁਰਦੀਆਂ ਹੀ ਮਾਰੀ ਜਾਂਦਾਗਾ। ਹੈਲੋ ਕੀ ਹੋ ਗਿਆ, ਮੀਂਹ ਆ ਗਿਆ ਭਾਬੀ? ਤੇਰਾ ਬਾਈ ਆ ਕਹਿੰਦਾ ਕਣੀਆਂ ਆਈ ਜਾਂਦੀਆਂ ਕਿ ਤੂੰ ਇੱਧਰ ਹੋ ਜਾ ਕੇ। ਅੱਛਾ ਹੁਣ ਤਾਂ ਆਇਆ, ਮੇਰੇ ਫੋਨ ਚ ਪਾਣੀ ਨਾ ਪਾ ਦੇ। ਲਬਾਈ ਨੂੰ ਵੀ ਫੋਨ ਵਧੀਆ ਲੈ ਦਾਂਗੇ ਵਾਟਰਪ੍ਰੂਫ, ਭਾਵੇਂ ਮੀਂਹ ਚ ਲੈ ਕੇ ਫਿਰਦਾ ਰਵੇ। ਹੋਰ ਤੇ ਮੇਰੀ ਤਨਖਾਹ ਜੀ ਆ ਜਾਣ। ਮੈਂ ਤਾਂ ਜਿਹੜੀ ਗੱਲ ਕਹਿੰਦੀ ਸੀ ਉਹ ਗੱਲ ਤਾਂ ਉਹਨੇ ਵਿੱਚ ਹੀ ਰੋਲਤੀ। ਮੈਂ ਤਾਂ ਤੈਨੂੰ ਐਂ ਕਹਿੰਦੀ ਸੀ ਵੀ ਜਦੋਂ ਜੀ ਕਰਿਆ ਕਰੂ ਉਹ ਰਿਹਾ ਜਾ ਕਰੀ, ਹੁਣ ਦੇਵਾਂਗੇ ਬੁੜੀ ਨੂੰ ਪਤਾ, ਮਾਂ ਇੰਨਾ ਇੱਥੇ ਰਹਿ ਜਾ ਕਰੀ, ਜਾਈ ਨਾ ਕਰੀ। ਨਾ ਨਾ ਭਾਬੀ, ਰਹਿਣਾ ਤਾਂ ਕਾਹਦੇ ਵਾਸਤੇ, ਤੈਨੂੰ ਪਤਾ ਮਸਾਂ ਘਰ ਦਾ ਸੁਧਾਰ ਹੋਇਆ ਮਾੜਾ ਜਿਹਾ। ਆਹੋ ਘਰ ਦਾ ਖਹਿੜਾ ਨਾ ਛੱਡੀ ਉਹਨਾਂ ਦਾ, ਨਾ ਗਰੀਬਾਂ ਦਾ ਖਹਿੜਾ ਛੱਡੀ ਉਹਨਾਂ ਨੂੰ ਅਮੀਰ ਬਣਾ ਕੇ ਛੱਡੀ ਹੁਣ ਤੂੰ। ਲੈ ਫਿਰ ਹੁਣ ਤਾਂ ਆਪਦਾ ਘਰ ਤਾਂ ਆਪਦਾ ਹੀ ਹੁੰਦਾ, ਚਾਹੇ ਕਹੇ ਜੀ। ਚੱਲ ਫਿਰ ਆਪਦਾ ਤਾਂ ਆਪਦੀ ਮੈਂ ਮੰਨਦੀ ਹਾਂ। ਬੇਬੇ ਕੋਲੇ ਗੱਲ ਨਾ ਕਰਿਓ, ਮੈਂ ਬੇਬੇ ਤੋਂ ਲੁੱਕ ਰੱਖੀ ਆ ਵੀ ਮੇਰੀ ਡਿਊਟੀ ਇੱਥੇ ਆਪਣੇ ਮੇਰੇ ਪੇਕੇ। ਲੈ ਮੈਂ ਕਰਦਾ ਆਦੀ, ਮੈਂ ਤਾਂ ਉਹੀ ਨਹੀਂ ਗੱਲ ਕਰਦੀ ਬੁੜੀ ਨਾ। ਹਾਂ ਉਹਦੇ ਕੋਲ ਗੱਲ ਨਾ ਕਰਿਓ, ਤਾਂ ਫੰਗਾਂ ਦੀਆਂ ਡਾਰਾਂ ਬਣਾ ਲੈਂਦੀ ਆ ਫਿਰ। ਚੱਲ ਠੀਕ ਆ, ਉਧਰੋਂ ਤੇਰਾ ਬਾਈ ਬੋਲ ਮਾਰੀ ਜਾਂਦਾ ਕਹਿੰਦਾ ਛੇਤੀ ਆ ਜਾ ਉਰੇ, ਮੈਨੂੰ ਦੱਸ, ਮੈਂ ਉਹਨੂੰ ਦੱਸਦੀ ਆ ਵੀ ਰਾਜਵੀਰ ਦੀ ਡਿਊਟੀ ਇੱਥੇ। ਠੀਕ ਆ ਚੰਗਾ, ਆ ਜੀ ਫਿਰ। ਉਹਨੂੰ ਇਦੋਂ ਕਾਲੀ ਹੋਈ ਪਈ ਹੈਗੀ, ਪਤਾ ਨੀ ਕੀ ਤਾਂ ਹੋਇਆ ਸੀ ਕੀ ਨਾ। ਹਾਂ ਦੱਸ ਕੀ ਕਹਿੰਦੇ? ਉਹ ਮੈਂ ਤਾਂ ਆਈ ਕਹਿੰਦਾ ਸੀ ਮਾ ਕੀ ਕਹਿੰਦੀ ਐ ਭੈਣਾ? ਭੈਣ ਤਾਂ ਇਹ ਕਹਿੰਦੀ ਐ ਵੀ ਡਿਊਟੀ ਆਪਣੇ ਪਿੰਡ ਹੀ ਐ। ਆਪਣੇ ਪਿੰਡ ਹੀ ਐ ਡਿਊਟੀ? ਹਾਂ ਬੜੀ ਵਧੀਆ ਹੋਇਆ, ਦੇਖ ਲੈ ਡਿਊਟੀ ਇੱਥੇ ਆ ਗਈ ਰਾਜਵੀਰ ਦੀ। ਨਾ ਮਾਸਟਰ ਨਹੀਂ ਲੱਗੀ ਐ ਭੈਣ? ਮਾਸਟਰ ਨਹੀਂ ਆ, ਕਹਿੰਦੀ ਮੈਂ ਕਿੱਥੇ ਪ੍ਰੋਫੈਸਰ ਬਣੀ ਆ, ਕਹਿੰਦੀ ਐਂ ਪ੍ਰੋਫੈਸਰ ਕਿੱਥੇ ਬਣ ਜਾਂਦਾ, ਮਾਸਟਰੀ ਤਾਂ ਮਸਾਂ ਮਿਲੀ ਐ। ਉਹ ਤੇਰੇ ਵਾਲੀ ਗੱਲ ਮਾਸੂ ਹੀ ਫੁਕਰੀਆਂ ਮਾਰ ਗਈ। ਉਹ ਤਾਂ ਕਹਿੰਦੀ ਉਹਨੂੰ ਤਾਂ ਆਦਤ ਐ ਫੁਕਰੀਆਂ ਮਾਰਨ ਦੀ। ਚੱਲ ਐਂ ਕਰ ਭੈਣਾ, ਜੇ ਡੱਬਾ ਲੈ ਕੇ ਆਊਗੀ ਐਂ ਕਰ, ਨਹੀਂ ਤਾਂ ਠੰਡੇ ਵਾਲੀ ਬੋਤਲ ਲਿਆ ਤੇ ਨਾਲੇ ਬਿਸਕੁਟ ਤੇ ਗਿਰੀਆਂ ਲਿਆ। ਉਹ ਮੈਂ ਲਿਆ ਆਉਣਾ। ਹੋਰ ਹੁਣ ਲੈ, ਪਹਿਲੇ ਦਿਨ ਵਿਚਾਰੀ ਘਰੇ ਆਊਗੀ, ਉਹ ਗੱਲ ਲੱਗ ਕੇ ਮਾਨ ਤਾਨ ਕਰਾਂਗੇ। ਹੁਣ ਆਪਾਂ ਨੂੰ ਤਾਂ ਭੈਣ ਮਠਿਆਈ ਦਾ ਡੱਬਾ ਦੇ ਕੇ ਜਾਊ। ਉਹ ਜੀ ਆਪਾਂ ਵੀ ਵਧੀਆ ਮਠਿਆਈ ਲਿਆ ਕੇ ਰੱਖੀ ਭੈਣ ਵਾਸਤੇ। ਫਿਰ ਮਠਿਆਈ ਲਿਆ ਮੈਂ ਕਿਹੜਾ ਰੋਕਦੀ ਆ, ਮਠਿਆਈ ਲਿਆ ਆਉਣਾ, ਖੁਸ਼ੀ ਦੀ ਗੱਲ ਹੈ। ਲਿਆ ਐਂ ਕਰ ਹੋਟਲ ਤੇ ਵਗ ਜਾ ਭੈਣ, ਥੋੜਾ ਜਿਹਾ ਕਰਾਰਾ ਖਾ ਕੇ ਵੀ ਰਾਜੀ ਨਾਲ ਕਰਾਰਾ ਲੈ। ਚੱਲ ਚੰਗਾ, ਮੈਂ ਮੋਟਰਸਾਈਕਲ ਤੇ ਜਾਣਾਗਾ। ਵਗ ਜਾ 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 ਜਾ। ਉਹ ਮੈਨੂੰ ਤਾਂ ਐਂ ਸੀਗਾ, ਮੈਂ ਤਾਂ ਇਹਦੀਆਂ ਗੱਲਾਂ ਸੁਣਦਾ ਸੀਗਾ, ਨਹੀਂ ਗੱਲਾਂ ਸੁਣਨ ਤਾਂ ਮੈਨੂੰ ਕੀ ਸੀਗਾ। ਮੈਂ ਤਾਂ ਮੀਂਹ ਦਾ ਬਹਾਨਾ ਲਾਉਂਦਾ ਸੀ ਉਹਨੂੰ, ਉਹ ਮਹਾਂ ਕਦੇ ਐਂ ਮੀਂਹ ਨਾ ਉਹਨੂੰ ਕਦੇ ਬੋਲਣ ਲੱਗ ਜਾਂਦਾ, ਤਾਂ ਪਤਾ ਹੀ ਨਹੀਂ ਗਾ ਵੀ ਕੀ ਬੋਲੇ, ਅਵਾ ਤਵਾ ਬੋਲਦੀ ਹੈ ਬਾਹਲਾ ਇਹ। ਜੇ ਕੀ ਗੱਲ ਹੈ ਜੇ ਮਾਸੀ ਕਹੇਗੀ ਕਿ ਇਹ ਮਾਨ ਤਾਂ ਹੋ ਹੀ ਜਾਂਦਾ, ਵਿਚਾਰਿਆਂ ਨੇ ਬਥੇਰੀ ਗਰੀਬੀ ਦੇਖੀ ਸੀਗੀ, 10 ਰੁਪਏ ਉਹਨਾਂ ਦੇ ਵੀ ਆਉਣ ਲੱਗ ਜਾਣਗੇ। ਮੈਂ ਤਾਂ ਬਾਹਰ ਗਈ ਸੀ, ਗੁਆਂਢਣਾਂ ਨਾਲ ਮੱਚੀਆਂ ਪਈਆਂ ਬੋਲਦੀਆਂ ਹੀ ਨਹੀਂ, ਪਾਸੇ ਮਾਰ ਮਾਰ ਲੰਘਦੀਆਂ, ਅਸੀਂ ਕੀ ਕਿਸੇ ਦਾ ਕੁਛ ਦੇਣਾ। ਮਨ ਤਾਂ ਆਇਆ ਸੀਗਾ, ਮੈਂ ਕਿਹਾ ਚੱਲ ਲੱਡੂ ਲਿਆ ਕੇ ਦੇ ਆਊਂਗੀ, ਮੈਂ ਤਾਂ ਕਿਸੇ ਦਿਨ ਦੇ ਕੇ ਆਉਂਦੀ। ਹੁਣ ਮੱਚੀਆਂ ਰਹਿਣ ਦੇ, ਮੱਚੀਆਂ ਪਈਆਂ, ਮੱਚੀਆਂ ਰਹਿਣ ਦੇ, ਇਹਨਾਂ ਨੂੰ ਐਂ ਵੀ ਇਹਨਾਂ ਦਿਨ ਤਾਂ ਘਰ ਲੈ ਲੈਣੇ, ਇਹਦੀ ਨੂੰਹ ਲੱਗ ਗਈ ਵੀ ਇਹ ਤਾਂ ਭੁੱਖੀਆਂ ਮਰਦੀਆਂ ਫਿਰਦੀਆਂ ਸੀ, ਐਂ ਹੋਇਆ ਪਿਆ ਸਾਰੀਆਂ ਨੂੰ, ਸੌਕੜਾਂ ਨੂੰ ਮੇਰੀਆਂ ਨੂੰ ਬੁੱਲ ਕੜ ਕੜ ਡੰਗਦੀਆਂ ਨਾ, ਬੈਤਲਾਂ ਤੀਵੀਆਂ ਲੰਘੀ ਜਾਣ ਦੇ। ਆਪਾਂ ਕੀ ਲੈਣਾ ਕਿਸੇ ਤੋਂ, ਕੁਛ ਨਹੀਂ ਲੈਣਾ। ਹੁਣ ਤਾਂ ਮੈਂ ਜਦੋਂ ਮੈਂ ਕਿਸੇ ਦੇ ਉਦੋਂ ਨਹੀਂ ਮੰਗਣ ਗਈ, ਮੈਂ ਤਾਂ ਜਦੋਂ ਭੁੱਖੀਆਂ ਮਰਦੀਆਂ ਸੀ, ਇਸ ਤਰ੍ਹਾਂ ਦੇ ਖੁੱਲਣੀ 'ਤੇ ਬਹਿ ਕੇ ਟਾਈਮ ਕੱਢ ਲੈਂਦੀ ਸੀ, ਮੈਂ ਤਾਂ ਭੁੱਖੀ ਤੇ ਆਈ, ਕਿਸੇ ਦੇ ਨਹੀਂ ਮੰਗਣ ਗਈ। ਭਾਵੇਂ ਰੋਟੀ ਕਿਆ ਕਹਿੰਦੇ ਹੁੰਦੇ ਆ ਕਿ ਭਾਵੇਂ ਚਟਨੀ ਨਾਲ ਰੋਟੀ ਖਾ ਲਿਆ, ਢਿੱਡ ਕਿਹੜਾ ਕਿਸੇ ਨੇ ਫਰੋਲ ਕੇ ਦੇਖਿਆ ਵੀ ਕੀ ਖਾਧਾ ਹੈਗਾ, ਆਪਾਂ ਨੂੰ ਕੀ ਕੁਛ ਕਰੀ ਜਾਣ ਲੋਕ। ਮੈਂ ਤਾਂ ਆਪਦਾ ਹੁਣ ਜਾ ਕੇ ਮੰਜੇ 'ਤੇ ਪੈਂਦੀ ਹਾਂ, ਅਤੇ ਨੀਰਾ ਦੇ ਤਾਂ ਪਾ ਦਾਲ ਤਾਂ ਦੂੰਗੀ ਕੱਦੂ ਦੀ ਆਉਂਦੀ ਨੂੰ, ਆਹਾਰੇ ਦੇ ਮਿੱਟੀ ਲਾਈ ਸੀਗੀ। ਮੈਂ ਕਿਹਾ ਮੈਂ ਸੁਦਾਣਾ ਧਰਿਆ ਕਰਾਂਗੇ, ਅੱਜ ਮੀਂਹ ਪਏਗਾ, ਗਿੱਲੇ ਹੀ ਕਰਤਾ ਲੈ ਮੀਂਹ ਨੇ। ਅੱਜ ਹਰਾ ਵੀ ਕੁਤਰਨ ਵਾਲਾ ਪਿਆ, ਅੱਜ ਹਰਾ ਵੀ ਕੁਤਰਨਾ ਸੀਗਾ, ਚੱਲ ਹਰਾ ਹੀ ਕੁਤਰਦੀ ਹਾਂ, ਪਹਿਲਾਂ ਤਾਂ ਹਰਾ ਵੀ ਪਾਉਣਾ ਮੈਂ ਸਾਨੂੰ।
ਭੈਣੇ ਜਿਹੜਾ ਡਿਊਟੀ ਤੇਰੀ ਆਪਣੇ ਪਿੰਡ ਆ ਗਈ, ਇਹ ਬਾਲਾ ਵਧੀਆ ਹੋਇਆ ਹੈ ਨਾ। ਤੇ ਹੋਰ ਬਾਈ, ਲੈ ਤੂੰ ਤਾਂ ਮੈਨੂੰ ਦੱਸਿਆ ਵੀ ਨਹੀਂ, ਜਰਕ ਦਿਨੇ ਜਾ ਖੜਿਆ ਸਕੂਲ ਦੇ ਬਾਰ ਚ ਛੁੱਟੀ ਹੋਣ ਸਾਰੀ। ਭੈਣੇ ਫਿਰ ਆਹੀ ਤਾਂ ਸੁੱਖ ਹੈਗਾ, ਹਰਪ੍ਰੀਤ ਨੇ ਭੇਜਿਆ ਹੋਊ ਬਾਈ ਤੈਨੂੰ। ਹਰਪ੍ਰੀਤ ਨੇ ਮੈਨੂੰ ਸਾਰੀ ਗੱਲ ਦੱਸਤੀ ਸੀਗੀ ਭੈਣੇ। ਅੱਛਾ, ਉਹ ਮੈਂ ਦੱਸਤਾ ਸੀ ਨਾ। ਇੱਕ ਮੇਰੀ ਗੱਲ ਸੁਣ ਲੈ ਭੈਣੇ। ਹਾਂ ਬਾਈ। ਤੂੰ ਮੇਰੀ ਗੱਲ ਤਾਂ ਬੁਰਾ ਵੀ ਨਾ ਮੰਨੀ। ਕਿਵੇਂ? ਤੂੰ ਭੈਣੇ ਚੱਪਲਾਂ ਪਾਈ ਫਿਰ, ਤੂੰ ਮਾਸਟਰ ਨਹੀਂ ਲੱਗੀ, ਹੁਣ ਤਾਂ ਕੋਈ ਵਧੀਆ ਸੈਂਡਲ ਸੁੰਡਲ ਪਾ ਕੇ ਡਿਊਟੀ ਤੇ ਆਇਆ ਕਰ। ਲੈ ਬਾਈ, ਮੈਂ ਇੱਥੋਂ ਤੋਂ ਰਹਿ ਨਹੀਂ ਆਉਂਦਾ ਸੈਂਡਲ ਪਾ ਕੇ, ਮੇਰਾ ਤਾਂ ਪੈਰ ਤਿਲਕ ਜਾਂਦਾ ਸੈਂਡਲ ਤੋਂ। ਭੈਣੇ ਤੂੰ ਮਾਸਟਰ ਨਹੀਂ ਬਣ ਗਈ, ਕੋਈ ਵਧੀਆ ਨੌਕਰੀ ਹੁੰਦੀ ਹੈ, ਕੋਈ ਮਾਸਟਰ ਦੀ ਛੋਟੀ ਨੌਕਰੀ ਨਹੀਂ ਹੁੰਦੀ। ਲੈ ਬਾਈ ਮੇਰੀ ਗੱਲ ਸੁਣ, ਜੇ ਤਾਂ ਕਿਤੇ ਸ਼ਹਿਰ 'ਚ ਜਾਣਾ ਹੋਵੇ, ਕਿਤੇ ਦੂਰ ਆ, ਆਪਦਾ ਹੀ ਪਿੰਡ ਹੈ, ਇੱਥੇ ਕੀ ਹੈਗਾ। ਭੈਣੇ ਤੂੰ ਆਏ ਨਾ ਕਹੇ ਵੀ ਆਪਦਾ ਪਿੰਡ ਹੈ, ਹਨਾ। ਹਾਂ ਇਹ ਤਾਂ ਹੈ, ਵਧੀਆ ਅਸਰ ਜਿਹਾ ਪੈਂਦਾ ਗੱਲ ਦਾ, ਬੰਦਾ ਤਿਆਰ। ਚੱਲ ਕੋਈ ਨਹੀਂ ਬਾਈ, ਫਿਰ ਸੈਂਡਲ ਪਾਇਆ ਕਰੂੰਗੀ ਮੈਂ। ਹਾਂ ਤੇ ਹਰਪ੍ਰੀਤ ਕਿੱਥੇ ਆ? ਉਹ ਤਾਂ ਇੱਥੇ ਬੈਠੀ ਹੋਊ ਕਿਤੇ ਏਸੀ ਵਾਲੇ ਕਮਰੇ 'ਚ। ਭੈਣੇ ਤੈਨੂੰ ਤਾਂ ਐਂ ਲੱਗਦਾ ਹਨਾ ਵੀ ਬਾਈ, ਮੈਨੂੰ ਤਾਂ ਨਾ ਠੰਡ ਲੱਗੀ ਜਾਂਦੀ ਹੈ, ਖੜ ਜਾ ਮੈਂ ਪੱਖਾ ਜਿਹਾ ਬੰਦ ਕਰਦਾ। ਠੰਡ ਜੀ ਲੱਗਣ ਲੱਗ ਗਈ ਰੱਬ ਦਾ, ਆਪਾਂ ਤਾਂ ਲੱਖ ਲੱਖ ਬਰਫੀ ਦਾ। ਭੈਣੇ ਬਰਫੀ ਹੈ ਕਿ ਗੁਲਾਬ ਜਾਮਣਾ ਨੇ? ਬਰਫੀ ਹੈ ਬਾਈ, ਖੋਏ ਦੀ। ਭੈਣੇ ਚੱਲੇ ਤਾਂ ਤੂੰ ਬਾਲਾ ਵਧੀਆ ਕਰਿਆ ਹਨਾ। ਹੋਰ ਉਹਦੇ ਡੱਬਾ ਦੇ ਕੇ ਬੇਬੇ ਨੂੰ ਭੇਜਿਆ, ਉਹ ਬੇਬੇ ਕਹਿੰਦੀ ਭੂਆ ਲੈ ਗਈ। ਸੱਚ ਭੂਆ ਆਈ ਸੀ? ਕਿਵੇਂ ਬਣੀ ਤੁਹਾਡੀ ਗੱਲਬਾਤ? ਬਸ ਬਣਨਾ ਤਾਂ ਕੀ ਸੀਗਾ। ਅੱਛਾ, ਉਹ ਤਾਂ ਵਿਚਾਰੀ ਨਾ ਇਸੇ ਗੱਲ ਦੀ ਬਾਲਾ ਅਫਸੋਸ ਜਿਹਾ ਕਰਦੀ ਸੀ, 25,000 ਰੁਪਏ ਨੇ ਤਾਂ ਮੇਰੀ ਭਤੀਜੀ ਨਾਲ ਭਤੀਜੇ ਨਾਲ ਦੋਨਾਂ ਨਾਲ ਤੋੜਤਾ। ਲੈ ਬਾਈ ਐਵੇਂ ਨਾ ਤੁਸੀਂ ਬਾਲਾ ਗੱਲਾਂ ਚ ਵੀ ਨਾ ਆਇਓ ਭੂਆ ਦੇ, ਤੁਹਾਨੂੰ ਪਤਾ ਭੂਆ ਹੁਸ਼ਿਆਰ ਬਾਲੀ ਆ, ਸੋਨੂ ਕੀ ਲਈ ਬੈਠੀ ਆ। ਭੈਣੇ ਮੇਰੀ ਗੱਲ ਸੁਣ ਲੈ, ਜੇ ਹੁਸ਼ਿਆਰ ਹੁੰਦੀ ਉਹ ਸਾਡੇ ਰੁਪਈਏ ਕਿਉਂ ਵਾਪਸ ਕਰਕੇ ਜਾਂਦੀ? ਮੇਰੀ ਗੱਲ ਸੁਣ, ਉਹਨੂੰ ਆਏ ਦੱਸਤਾ ਹੋਣਾ ਕਿਸੇ ਨੇ ਵੀ ਰਾਏ ਵੀਰ ਕੇ ਇਹਨਾਂ ਦੇ ਰੁਪਈਏ ਵਾਪਸ ਕਰਦੇ, 7 ਲੱਖ ਰੁਪਈਆ ਬੇਬੇ ਨੇ ਨੀ ਕਿਹਾ ਸੀ ਉਹਦੇ? ਉਹ ਕਿਸੇ ਨੇ ਦੱਸ ਦੁਸਤਾ ਹੋਊਗਾ, ਤੈਨੂੰ ਪਤਾ ਉਹ ਤਾਈ ਵਰਗੀਆਂ ਦੱਸ ਦਿੰਦੀਆਂ ਨੇ। ਇੱਕ ਨਾ ਫਿਰ ਮਾਸੀ ਨੇ ਤਾਂ ਬਾਲੇ ਉਹਨੂੰ ਮਿਹਣੇ ਦਿੱਤੇ ਵੀ ਤੇਰਾ ਭਤੀਜਾ ਦੇਖ ਲੈ ਬੀ ਲੈਣ ਗਿਆ ਸੀਗਾ, ਤੇਰੇ ਤੇ ਕਿੰਨਾ ਮਾਣ ਕਰਕੇ ਬਹਾ ਕੇ ਗਿਆ ਸੀ ਆਪਦੇ ਘਰੇ, ਕਿਸੇ ਨੂੰ ਬਗਾਨੇ ਹੁੰਦੇ ਆਪਦੀ ਭੂਆ ਨੂੰ ਬਹਾਇਆ ਸੀਗਾ। ਲੈ ਇੰਨੀ ਪੁਰਾਣੀ ਗੱਲ ਛੇੜਨ ਦੀ ਕੀ ਲੋੜ ਪਈ ਸੀ ਇਹਨਾਂ ਨੂੰ? ਚੱਲ ਆ ਗਈ ਸੀ ਭੂਆ, ਚੱਲ ਠੀਕ ਸੀ। ਤੈਨੂੰ ਪਤਾ ਹੀ ਹੈ ਮਾਸੀ ਦਾ, ਫਿਰ ਤੈਨੂੰ ਪਤਾ ਹੈਗਾ ਥੋੜਾ ਜਿਹਾ ਸੁਭਾਅ, ਥੋੜਾ ਜਿਹਾ ਹੈ ਜੀ ਹੈ। ਹਰਪ੍ਰੀਤ ਤਾਂ ਨਹੀਂ ਬੋਲੀ ਕੁਛ ਨਾ? ਉਹ ਤਾਂ ਕੁਛ ਨਹੀਂ ਬੋਲੀ, ਫਿਰ ਸੱਚੀਆਂ ਉਹਨੂੰ ਸਾਰੀਆਂ ਸੁਣਾਈਆਂ ਇਹਨੇ ਤਾਂ। ਅੱਛਾ, ਤੇ ਨਾ ਮੈਂ ਮਾਸੀ ਨੂੰ ਕਿਹਾ ਸੀਗਾ ਮਹਾਂ ਜੇ ਮੇਰੀ ਭੂਆ 25,000 ਰੁਪਈਆ ਨਾ ਵਾਪਸ ਕਰਦੀ ਫਿਰ ਕੀ ਗੱਲ ਸੀਗਾ। ਅੱਛਾ, ਉਹ ਵੀ ਤਾਂ ਇਸ ਘਰ ਦੀ ਧੀ ਹੈ ਹਨਾ। ਹਾਂ ਮੈਂ ਤਾਂ ਐਂ ਸਮਝ ਲਿਆ, ਚੱਲ ਆਪਦੀ ਭੈਣ ਨੂੰ ਦਿੱਤੇ। ਬੇਬੇ ਤਾਂ ਨਾ ਬਾਈ ਤੈਨੂੰ ਪਤਾ ਹੀ ਹੈ, ਬਾਲੀਆਂ ਅੱਡਲੀਆਂ ਮਾਰਦੀ ਉਹ ਹੀ ਮਾਰੀ ਜਾਂਦੀ ਰਹਿੰਦੀ ਹੈ ਭਕਾਈ ਜੀ, ਤੈਨੂੰ ਬਹੁਤ ਸੁਭਾਅ ਜਿਹਾ ਪੈ ਰਿਹਾ, ਪਤਾ ਨਹੀਂ ਕੀ ਹੋ ਗਿਆ। ਇੱਥੇ ਹਰਪ੍ਰੀਤ ਹੋਰਾਂ ਕੋਲੇ ਕਹਿ ਗਈ ਆਖੇ ਤਾਂ ਰਾਏ ਵੀਰ ਤਾਂ ਪ੍ਰੋਫੈਸਰ ਲੱਗੀ ਹੈ, ਝੂਠ ਤਾਂ ਨਹੀਂ ਹਰਪ੍ਰੀਤ ਨੇ ਦੱਸਿਆ ਵੀ ਝੂਠ ਤਾਂ ਨਹੀਂ ਬੋਲਦੀ ਉਹ ਨਾ, ਭੂਆ ਦਾ ਕਰਕੇ ਥੋੜੀਆਂ ਪਾਟੀਆਂ ਜਿਹੀਆਂ ਮਾਰਦੀ ਸੀ। ਭੂਆ ਦਾ ਕਰਕੇ ਕਹਿੰਦੀ ਸੀ, ਐਂ ਤਾਂ ਮੈਨੂੰ ਵੀ ਪਤਾ, ਉਹ ਤੈਨੂੰ ਪਤਾ ਹੀ ਹੈ ਫਿਰ ਉਹਦਾ ਸਵਾਲ ਹੀ ਇਹ ਜਾ। ਭੈਣੇ ਚੱਲ ਕੀ ਗੱਲ ਹੈ, ਤੈਨੂੰ ਪ੍ਰੋਫੈਸਰੀ ਬਣਾਇਆ ਇਹਨੂੰ, ਚੰਗਾ ਵੱਡੀ ਅਫਸਰੀ ਕਹਿੰਦੇ, ਕੋਈ ਛੋਟੀ ਤਾਂ ਨਹੀਂ ਕਹਿੰਦੀ? ਨਹੀਂ ਭਾਈ, ਜਿਹੜੀ ਗੱਲ ਹੈਗੀ ਆ ਨਾ ਉਹ ਜੀ ਗੱਲ ਦੱਸੋ ਹੁਣ ਆਪਾਂ ਨੂੰ ਗੱਪ ਮਾਰੇ ਤੋਂ ਕੀ ਮਿਲ ਜੂਗਾ? ਭੈਣੇ ਤੂੰ ਸੱਚ ਸੱਚ ਮੈਨੂੰ ਦੱਸੀ ਤੇਰੀ ਤਨਖਾਹ ਕਿੰਨੀ ਹੈ? ਤਨਖਾਹ ਤਾਂ ਬਾਈ 30,000 ਹੀ ਆ ਹਜੇ। ਭੈਣੇ 30,000 ਕਿਹੜਾ ਥੋੜਾ ਹੈ? ਹਾਂ ਤੂੰ ਤਾਂ 30,000 ਕਹਿੰਦੀ ਦੇਖ ਲੈ ਬਾਈ, ਉਹ ਸਾਨੂੰ ਤਾਂ 3,000 ਰੁਪਈਆ ਨਹੀਂ ਜੁੜਦਾ ਸੀਗਾ ਭੈਣੇ, ਤੇ ਹੁਣ ਤੂੰ 30,000 ਨੂੰ ਵੀ 30,000 ਹੀ ਕਹਿਣੀ? ਲੈ ਬਾਈ ਫਿਰ ਰੱਬ ਤੈਨੂੰ ਪਤਾ ਆਪੇ ਸੁਣਦਾਗਾ। ਨਾਲੇ ਭੈਣੇ ਮੇਰੀ ਗੱਲ ਸੁਣ ਲੈ, ਜਿਹੜਾ ਸਰਕਾਰੀ ਤੂੰ ਅਫਸਰ ਲਾ ਗਈ, ਇਹ ਤਾਂ ਹੌਲੀ ਹੌਲੀ ਤੇਰੀ ਤਨਖਾਹ ਵਧੀ ਜਾਊ, ਸੁੱਖ ਨਾਲ ਲੱਖ ਵਾਲੀ ਗੱਲ ਹੀ ਹੋਜੂ ਹੌਲੀ ਹੌਲੀ। ਸਹੀ ਗੱਲ ਆ ਬਾਈ ਤੇਰੀ, ਹੁਣ ਤਾਂ 30 ਵੀ ਐਂ ਲੱਗਦਾ, ਲੱਖਾਂ ਮੰਗੋ। ਭੈਣੇ ਜਿਹੜੇ ਪੁਰਾਣੇ ਟੀਚਰਾਂ ਦਾ ਲੱਖ ਰੁਪਈਏ ਲੈਂਦੇ ਨੇ। ਹਾਂ ਤੇ ਭੈਣੇ ਇੱਕ ਮੈਂ ਤੈਨੂੰ ਹੋਰ ਗੱਲ ਦੱਸਦਾ। ਅੱਛਾ ਬਈ, ਸਾਡੇ ਪੈਸਿਆਂ ਦਾ ਤੁਸੀਂ ਚਿੰਤਾ ਨਾ ਕਰਿਓ ਮੋੜਨ ਦੀ।
ਦੇਣਾ ਲੈਣਾ ਜਿਹੜਾ ਕਿਸੇ ਦਾ ਹੋਰ ਹੈ ਪਹਿਲਾਂ ਉਹ ਮੋੜਿਓ। ਨਹੀਂ ਬਈ ਪੈਸੇ ਤਾਂ ਮੋੜਨੀ ਹੈ, ਪਹਿਲਾਂ ਸੋਡੀ ਮੋੜਾਂਗੇ। ਹੋਰ ਤਾਂ ਕਿਸੇ ਦੇ ਹੈ ਹੀ ਨਹੀਂ ਬਈ, ਹੋਰ ਕਿਸੇ ਦੇ ਮੰਗਣ ਗਈ ਨਹੀਂ ਬੇਬੇ, ਬਸ ਇੱਥੇ ਤੋਰੀ ਗਈ ਹੈ ਮੈਨੂੰ। ਉਹ ਚੱਲ ਇਹ ਵੀ ਵਧੀਆ, ਉਹਨੂੰ ਵੀ ਪਤਾ ਸੀ ਹੁਸ਼ਿਆਰ ਵਾਲੀ ਵੀ ਜੇ ਕਿਸੇ ਤੋਂ ਹੋਰ ਮੰਗਾਂਗੇ ਤਾਂ ਅਗਲਾ ਆ ਕੇ ਮੋੜ ਕੇ ਮੰਗੂਗਾ। ਭੈਣੇ ਮੇਰੀ ਗੱਲ ਸੁਣ ਲੈ, ਸਰੀਕਾਂ ਤੋਂ ਤਾਂ 5 ਰੁਪਏ ਮੰਗੇ ਵੀ ਮਾੜੇ ਐ, ਅਗਲਾ ਮਿਹਨੇ ਦੇਣ ਲੱਗ ਜਾਂਦਾ ਹੈ। ਪਿੰਡ 'ਚ ਤਾਂ ਅਸੀਂ ਕਿਸੇ ਤੋਂ ਨਹੀਂ ਮੰਗੇ। ਤੂੰ ਮੇਰੀ ਭੈਣ ਸੀਗੀ, ਮੈਂ ਤੇਰਾ ਭਰਾ ਸੀਗਾ, ਕੀ ਮੈਂ ਇੱਥੋਂ ਤੁਸੀਂ ਪੈਸੇ ਲੈ ਗਿਆ, ਕੀ ਗੱਲ ਹੈ? ਹਾਂ ਇਹ ਤਾਂ ਹੈ ਬਈ। ਤੇ ਭੈਣੇ ਜਿੱਦੇ ਤੁਹਾਡਾ ਹੱਥ ਸੌਖਾ ਹੈ ਨਾ, ਮੈਨੂੰ ਉਦੇ ਹੀ ਮੋੜ ਦਿਓ ਨਾ। ਬਸ ਕੋਈ ਨਹੀਂ ਬਈ, ਮੈਂ ਇੱਥੋਂ ਇਕੱਠੇ ਤਾਂ ਮੋੜੇ ਨਹੀਂ ਜਾਣੇ, ਤੇ ਮੈਂ ਥੋੜੇ ਥੋੜੇ ਕਰਕੇ ਮੋੜੂੰਗੀ। ਭੈਣੇ ਜਿਵੇਂ ਤੁਹਾਡੀ ਮਰਜ਼ੀ ਹੈ, ਉਹ ਮੈਨੂੰ ਤਾਂ ਕੋਈ ਨਹੀਂ ਸੀਗਾ ਮੋੜਨ ਦਾ। ਅੱਛਾ, ਉਹ ਹਰਪ੍ਰੀਤ ਮੈਨੂੰ ਥੋੜੇ ਜਿਹਾ ਮਿਹਣੇ ਮਾਰਦੀ ਰਹਿੰਦੀ ਹੈ। ਕਿਹਾ ਨਾ ਮੈਨੂੰ ਕਈ 4-5 ਤਨਖਾਹਾਂ ਹੀ ਇਕੱਠੀਆਂ ਕਰਕੇ ਪੈਸੇ ਜੋੜ ਲੈਣ ਦੇ, ਤੇ ਫੇਰ ਹਾਂ ਭੈਣੇ ਤੂੰ ਜੋੜ ਲੈ। ਹਾਂ ਫੇਰ ਪਹਿਲਾਂ ਤੁਸੀਂ ਆਪਦਾ ਵਧੀਆ ਕਬੀਲਦਾਰੀ ਸੈੱਟ ਕਰੋ, ਫੇਰ ਸਾਡੇ ਪੈਸੇ ਵਾਪਸ ਕਰਨ ਦੀ ਗੱਲ ਕਰਿਓ ਕਦੇ। ਫੇਰ ਵਾਪਸ ਕਰਾਂਗੇ। ਲੈ ਹਰਪ੍ਰੀਤ ਦੇਖ ਲੈ, ਆਪਾਂ ਤੇ ਇੱਥੇ ਕਦੋਂ ਦੇ ਬੁਲਾਣਾ ਬਈ ਹਰਪ੍ਰੀਤ ਨੂੰ, ਫੇਰ ਮੈਂ ਜਾਣਾ ਵੀ ਆ। ਭੈਣੇ ਤੂੰ ਹੁਣੇ ਬੜੇਗੀ ਬਈ, ਮੁੜਨਾ ਫੇਰ ਮੈਂ, ਤੈਨੂੰ ਪਤਾ ਬੇਬੇ ਨੂੰ ਕਿਹੜਾ ਮੈਂ ਦੱਸਿਆਗਾ। ਪਰ ਲੈ ਡਿਊਟੀ ਤਾਂ ਤੇਰੀ ਆਪਣੇ ਪਿੰਡ ਦਾ ਡਿਊਟੀ ਹੈਗੀ, ਸੁੱਖਣਾ ਤੂੰ ਤੜਕੇ ਇੱਥੇ ਹੀ ਤਿਆਰ ਹੋ ਕੇ ਵਗ ਜੀ। ਨਹੀਂ ਬਈ ਹੁਣ ਤਾਂ ਨਾ ਆਪਦੇ ਘਰ ਹੀ ਲੋਟ ਆ, ਤੈਨੂੰ ਪਤਾ ਬੇਬੇ ਫਿਰ ਡੀਕ ਕਰਦੀ ਆ ਵੀ ਆਊਗੀ ਰਾਜਵੀਰ। ਹਾਂ ਉਹ ਵੀ ਵਿਚਾਰੀ ਕੱਲੀ ਆ ਹਨਾ, ਘਰੇ ਵੀ ਆਉਂਦਾ ਤੈਨੂੰ ਪਤਾ 100 ਸਾਲ ਕਿਤਾਬ ਹੁੰਦਾ ਗੱਲ ਦਾ। ਹਰਪ੍ਰੀਤ ਆ ਜਾਣਾ, ਕਿੱਧਰ ਆ ਗਈ ਤੂੰ? ਉਹ ਮੈਂ ਤਾਂ ਆ ਸੀ, ਲੈ ਦੇਖ ਲਾ ਰੱਬ ਨੇ ਮੀਂਹ ਪਾਤਾ ਤੇ ਕੁੜੀ ਮਾਸਟਰ ਨਹੀਂ ਬਣ ਕੇ ਘਰੇ ਆਈ ਹੈ ਪਹਿਲੀ ਵਾਰ। ਆ ਡੱਬਾ ਤੂੰ ਰੱਖਿਆ ਅੰਦਰ ਫਿਰ। ਹੋਰ ਸੁਣਾ ਕਿਵੇਂ? ਠੀਕ ਆ, ਵਧੀਆ ਆਈਆਂ ਬਈ ਤੈਨੂੰ ਰੱਬ ਸਾਹਿਬ ਫੋਨ ਤੇ ਵੀ ਦੇ ਦਿੱਤਾ ਸੀ ਸਾਲ ਬਾਰੇ, ਫਿਰ ਦੇ ਦਾਨੀ ਆ ਤੇ ਬਾਈ ਵਧੀਆ ਹੋਇਆ। ਅਸੀਂ ਤਾਂ ਘਰੋਂ ਦੇ ਬੈਠੇ ਗੱਲਾਂ ਕਰੀ ਨੇ, ਮੋਬਾਈਲ ਨੂੰ ਵੀ ਨੇ ਹਰਪ੍ਰੀਤ ਨੂੰ ਬੁਲਾ ਲਾ। ਮੈਂ ਨਾ ਭਾਂਡੇ ਧੋਈ ਜਾਂਦੀ ਸੀ, ਮੈਂ ਇੱਕ ਕਰ ਲਾਂ ਜੇ ਭੈਣ ਭਰਾ ਨੂੰ ਗੱਲਾਂ ਮੈਂ ਫੇਰ ਜਾਨੀ। ਅਸੀਂ ਕਾ ਮੀਂਹ ਜਾ ਗਿਆ ਤਾਂ ਗੱਲਾਂ ਬਾਤਾਂ ਕਰਨ ਲੱਗੇ, ਮਗਰ ਆਪਣੇ ਠੰਡ ਘਰ ਰੱਖੀ ਆ। ਆਪਣੇ ਤਾਂ ਬਾਹਲੇ ਪੈਂਦੇ, ਮੈਂ ਤੈਨੂੰ ਤਾਂ ਆਖਿਆ ਸੀ ਮਾਂ ਮੌਸਮ ਖਰਾਬ ਹੋਇਆ ਪਿਆ, ਹੁਣ ਤੂੰ ਕਿਵੇਂ ਜਾਏਂਗੀ? ਹੁਣ ਇੰਨਾ ਤਾਂ ਮੀਂਹ ਆਈ ਜਾਂਦਾ, ਅੱਜ ਤੱਕ ਹੋਈ ਨਹੀਂ। ਮੈਂ ਤਾਂ ਗੱਲ ਹੀ ਭੁੱਲ ਗਈ, ਮੈਂ ਤਾਂ ਪਿੰਡ ਜਾਣਾ ਸੀਗਾ। ਪਿੰਡ ਕਿਹੜਾ ਇਹ ਜਿਹੇ 'ਚ, ਕਿੱਥੇ ਜਾਏਂਗੀ ਪਿੰਡ? ਆ ਨਾਲੇ ਤੂੰ ਦਵਾਈ ਬੂਟੀ ਲੈ ਲੈਣਾ ਕੋਈ ਚੱਜ ਦੀ। ਕੋਈ ਦਵਾਈ ਤਾਂ ਮੈਂ ਲੈ ਲੂੰਗੀ, ਕੀ ਕਰੀਏ ਟਾਈਮ ਹੀ ਨਹੀਂ ਲੱਗਦਾ। ਹਾਂ ਤੇ ਮੈਂ ਤਾਂ ਤੈਨੂੰ ਐਂ ਕਹਿੰਦੀ ਸੀ, ਅੱਜ ਦੇਖੀ ਇੰਨਾ ਮੀਂਹ ਪਏ, ਨਹੀਂ ਤਾਂ ਆਪਾਂ ਖੀਰ ਬਣਾ ਲਾਂਗੇ, ਨਹੀਂ ਪੂੜੇ ਬਣਾ ਲਾਂਗੇ। ਤੂੰ ਮੇਰੇ ਨਾਲ ਲੱਗ ਜੀ, ਕੀ ਕਰੇਂਗੀ ਜਾ ਕੇ ਉੱਥੇ? ਭਾਬੀ ਰਾਇ ਤਾਂ ਮੈਂ ਪੈਂਦੀ ਜੇ ਮੈਂ ਵਿਹਲੀ ਹੁੰਦੀ। ਗੱਲ ਕਰ, ਹੁਣ ਤੈਨੂੰ ਪਤਾ ਮੇਰਾ ਡਿਊਟੀ ਦਾ ਕੰਮ ਆ। ਪਹਿਲਾਂ ਮੈਨੂੰ ਐਂ ਦੱਸ ਇਹ ਜੇ ਚ ਜਾਏਂਗੀ ਕਿ ਮੈਂ ਆ ਜਾ ਖੜੀ ਹੋ ਜਾ ਉਰੇ ਹੋ ਜਾ ਵਾਲੀ ਨੇਰੀ ਚ ਖੜਚੋ ਲਾ ਗਿਆ। ਹੋਰ ਤੂੰ ਉਰੇ ਹੋ ਜਾ, ਲੈ ਉਰੇ ਹੋ ਕੇ ਕਰ ਲੈਂਦੇ ਗੱਲ, ਆਪਾਂ ਨੇ ਮੀਂਹ ਦੇਖ ਲੈਣੇ ਇੱਥੇ ਪੈਂਦਾ। ਮੈਂ ਤਾਂ ਛੱਡ ਕੇ ਆਉਣਾ ਹੀ ਪਊਗਾ। ਤੇਰੇ ਬਾਈ ਤਾਂ ਨਾ ਸਮਾਨ ਲਿਆਈ ਬੈਠਾ, ਬਲਾਈ ਨਾ ਤਾਂ ਮਠਿਆਈ ਦਾ ਡੱਬਾ ਲਿਆਈ ਬੈਠਾ, ਨਾਲ ਡੱਬਾ ਮੈਂ ਲਿਆਈ ਖੋਏ ਦੀ ਬਰਫੀ ਦਾ। ਚੱਲ ਫਿਰ ਸਾਰੇ ਖਾ ਲਾਂਗੇ ਆਪਾਂ ਚਾਹ, ਨਾ ਮੈਂ ਚਾਹ ਬਣਾਉਣੀ ਆ ਵਧੀਆ। ਅੱਗੇ ਬੇਬੇ ਨੂੰ ਭੇਜਿਆ ਸੀ ਵੀ ਚੱਜ ਦਾ ਡੱਬਾ ਦੇ ਆਈ ਕੋਈ ਵਧੀਆ। ਚੱਲ ਵੀ ਊਂ ਤਾਂ ਆਪਾਂ ਲੱਡੂ ਲੁੱਡੂ ਵੰਡ ਦਿੰਦੇ ਆ, ਮੈਂ ਕਿਹਾ ਚੱਲ ਉੱਥੇ ਵਧੀਆ ਡੱਬਾ ਫੜਾਏ, ਤੇ ਫਿਰ ਵੀ ਲੱਡੂਆਂ ਦਾ ਡੱਬਾ ਹੀ ਲੈ ਕੇ ਆਈ ਦੇਖ ਲਾ। ਉਹ ਵੀ ਪੂਰਾ ਲੈ ਕੇ ਆਈ ਸੀਗੀ, ਫਿਰ ਮੈਂ ਆਖਿਆ ਚੱਲ ਕੋਈ ਨਹੀਂ ਜਿਹੋ ਜਿਹਾ ਲੈ ਆਈ ਵਧੀਆ, ਹੁਣ ਕੀ ਇਹਦੇ ਨਾਲ ਬੋਲਣਾ ਭਾਈ ਭੂਆ ਨਾਲ ਬਾਹਲਾ ਕੁਝ ਕਰਦੇ। ਮੈਨੂੰ ਆਪ ਹੀ ਕਹਿਤਾ ਉਹੀ ਡੱਬਾ, ਕਹਿੰਦੀ ਤੇਰੀ ਭੂਆ ਲੈ ਗਈ। ਸੱਚ ਮੈਂ ਬਾਈ ਨੂੰ ਵੀ ਪੁੱਛਿਆ ਸੀ ਭੂਆ ਫਿਰ ਕਿਵੇਂ ਆਈ ਸੀਗੀ। ਭੂਆ ਤਾਂ ਬੇਚਾਰੀ ਕਹਿੰਦੀ ਵੀ ਨਾ ਤਾਂ ਮੈਂ ਤੁਹਾਡੇ ਨਾਲ ਮਿਲ ਵਰਤਨ ਕਰ ਲੂੰਗੀ ਭਾਈ, ਮੈਂ ਤਾਂ ਤੁਹਾਡੇ ਨਾਲ ਟੁੱਟ ਕੇ ਭੂਆ ਨੂੰ ਹੁਣ ਸੰਗ ਨਾ ਆਈ ਇੰਨਾ ਕੁਛ ਕਰ। ਚੱਲ ਕੋਈ ਨੀ, ਆਪਣੇ ਰਾਜਵੀਰ ਹੁਣ ਮਾਤ ਤਾਂ ਕਰਨੀ ਪੈਂਦਾ, ਕੁੜੀਆਂ ਨਾਲ ਬੈਰ ਵਿਰੋਧ ਤਾਂ ਕਰਿਆ ਨਹੀਂ ਜਾਂਦਾ। ਸਹੀ ਗੱਲ ਆ, ਹੁਣ ਤਾਂ ਤੇਰੀ ਗੱਲ ਠੀਕ ਆ। ਆਖੂਗੀ ਵੀ ਆਪਦੀ ਘਰ ਦੀ ਕੁੜੀ ਨੂੰ, ਦੂਜੀ ਨੂੰ ਤਾਂ ਮਾਫ ਕਰ ਲੈ। ਸਿਆਣੀ ਸੀ ਤਾਂ ਦੂਜੇ ਤੀਜੇ ਦਿਨ ਹੀ ਆ ਜਾਂਦੀ ਵੀ ਚੱਲ ਮੈਂ ਇਥੋਂ ਗਲਤੀ ਹੋ ਗਈ। ਫਿਰ ਐ ਹੋ ਜਾਂਦਾ ਬੰਦੇ ਨੂੰ ਵੀ ਹੁਣ ਉਹਨੇ ਪੈਰੀ ਕਿਵੇਂ ਮੁੜਾ। ਹਾਂ ਇਹ ਤਾਂ ਉਹਨੂੰ ਨਾ ਪੈਸੇ ਮੋੜੇ ਆ ਰਹਾ ਹੋਵੇ, ਘਰੇ ਆਏ ਬੰਦੇ ਨੂੰ ਤਾਂ ਕਿਹਾ ਵੀ ਨਹੀਂ ਜਾਂਦਾ। ਨਾਲੇ ਫਿਰ ਉਦੋਂ ਭੂਆ ਦਾ ਇਰਾਦਾ ਨਾ ਹੋਵੇ ਪੈਸੇ ਮੋੜਨ ਦਾ, ਉਹਦਾ ਇਰਾਦਾ ਬਣ ਗਿਆ ਮੋੜ ਗਈ। ਚੱਲ ਕੋਈ ਫਿਰ ਮੋੜ ਕਿਹੜੇ ਦੀ, ਅਸੀਂ ਤਾਂ ਉਸੇ ਨੂੰ ਦੇਤੇ ਮੋੜ ਕੇ ਰੱਖੜੀ, ਰੱਖੜੀ ਬਣਾਈ ਦੇ। ਹੋਰ ਚੱਲ ਕੋਈ ਨਾ, ਕੁਛ ਨਹੀਂ ਹੁੰਦਾ, ਮੈਂ ਮਖਾ ਉਹ ਤਾਂ ਲਊਗੀ। ਹੋਰ
ਤੇ ਫਿਰ ਐਂ ਜੇ ਕਰ ਲਿਆ ਵੀ ਚੱਲ ਨਾ ਤਾਂ ਨਹੀਂ ਰੱਖੜੀ ਬੰਨੀ ਸੀ, ਨਾ ਫਿਰ ਉਹ ਕਿਹੜਾ ਲੀੜਾ ਕੱਪੜਾ ਲੈ ਕੇ ਗਈ ਹੈ, ਤੇ ਅਸੀਂ ਆਖਿਆ ਭੂਆ ਤੂੰ ਰੱਖ ਕੋਈ ਗੱਲ ਨੀ, ਅਸੀਂ ਕਿਹੜਾ ਕੈ ਸਾਲ ਹੋ ਗਏ ਤੇਰੇ ਕੋਲੇ ਗਏ ਆਂਗੇ, ਨਾ 2 ਸਾਲ ਹੋ ਗਏ ਰੱਖੜੀ ਬੰਨਣ ਆਈ ਸੀ ਭੂਆ। ਤਾਂ ਹਰਪ੍ਰੀਤ ਮੈਂ ਤੈਨੂੰ ਆਏ ਆਉਂਦੀ ਸੀ, ਬਾਈ ਨੂੰ ਵੀ ਕਿਹਾ, ਮੈਂ ਤੈਨੂੰ ਫੋਨ ਤੇ ਵੀ ਕਿਹਾ ਸੀ, ਬੇਬੇ ਕੋਲੇ ਨਾ ਦੱਸੀ ਵੀ ਮੇਰੀ ਡਿਊਟੀ ਇੱਥੇ ਆ, ਨਾ ਮੈਂ ਕਦ ਦੱਸਦੀ ਹੈਗੀ, ਤੇ ਨਾਲੇ ਹੁਣ ਜਦੋਂ ਫਿਰ ਜੇ ਤੂੰ ਅੱਜ ਰਹਿਣਾ ਪੈ ਗਿਆ ਇੱਥੇ, ਇੰਨਾ ਮੌਸਮ ਖਰਾਬ ਹੋਇਆ ਪਿਆ, ਤੇ ਫਿਰ ਬੁੜੀ ਨੂੰ ਪਤਾ ਨੀ ਲੱਗੂਗਾ ਵੀ ਤੂੰ ਪਿੰਡ ਕਿਵੇਂ ਵੱਗ ਗਈ, ਚੱਲ ਫਿਰ ਐਂ ਕਹਿੰਦੀ ਬਹਾਨੇ ਨਾ ਕਹਿੰਦੀ ਮੈਂ ਡੱਬਾ ਫੜਾਉਣ ਵੱਗ ਗਈ, ਮੈਂ ਤਾਂ ਡੱਬਾ ਫੜਾਉਣ ਗਈ ਸੀ ਭਾਈ, ਉੱਥੇ ਮੀਂਹ ਆ ਗਿਆ ਔਰ ਫਿਰ ਹਾਂ ਕਹਿਣਾ ਪਊਗਾ, ਨਹੀਂ ਕੁਛ ਨੀ ਹੁੰਦਾ ਮਸਾਂ ਰਾਜਵੀਰ ਇੱਕ ਰਾਤ ਲਾ ਜਾ ਤੜਕੇ ਵੱਗ ਜੀ, ਨਾ ਦੇਖਦੇ ਆ ਭਾਬੀ ਜੇ ਮੀਂਹ ਜਾ ਰੁਕ ਗਿਆ ਤਾਂ ਵੱਗ ਜੂੰਗੀ, ਜੇ ਨਾ ਹਟਿਆ ਫਿਰ ਰਹਿ ਪੂੰ, ਹੋਰ ਕੀ ਆ ਫਿਰ, ਚੱਲ ਤੂੰ ਅੰਦਰ ਚੱਲ ਮੈਂ ਤੈਨੂੰ ਦੱਸੀ ਤਾਂ ਇਹ ਮੈਂ ਤੇ ਚਾਹ ਬਣਾਉਣੀ ਹੈ, ਜੇ ਦੁੱਧ ਬਣਾਇਆ ਤਾਂ ਬਣਾਦਾ ਨਹੀਂ, ਨਹੀਂ ਦੁੱਧ ਨਹੀਂ ਤੂੰ ਕਰਦੀ ਜੀ ਚਾਹ ਹੀ ਬਣਾ ਕੇ ਲਿਆ, ਬਾਹਰ ਸਾਰੀ ਪਲ ਪਈ ਆ ਕੇ, ਹਾਂ ਦੋ ਚਮਚ ਪਾ ਦੇ ਤੂੰ, ਕੋਈ ਨਾ ਜੇ ਵਧੀਆ ਜੀ ਬਣਾ ਲਈ ਬਸ, ਪਤਲੀ ਜੀ ਨਾ ਬਣਾਈ, ਨਹੀਂ ਪਤਲੀ ਜੀ ਨਹੀਂ ਬਣਾਉਂਦੀ, ਚੰਗਾ ਚੰਗਾ ਮੈਂ ਬਣਾਉਣੀ ਹੈ, ਚੱਲ ਤੂੰ ਅੰਦਰ ਵੱਗ ਚੱਲ, ਠੀਕ ਆ, ਲੈ ਬਾਲੀ ਸੋਹਣਾ ਮੀਂਹ ਆਇਆ ਅੱਜ ਤਾਂ ਮੇਰਾ ਤਾਂ ਜੀ ਕਰਦਾ ਪਕੌੜੇ ਬਣਾ ਲਾਂ, ਉਸ ਸਮਾਨ ਚੱਲ ਉਂਟਾ ਉੱਥੋਂ ਇੰਨਾ ਚੱਕ ਲਿਆ, ਕਿਧਰੇ ਬ੍ਰੈਡ ਲਿਆ ਆ, ਕਿਧਰੇ ਉਹ ਲਿਆ ਆ ਗੁਲਾਬ ਜਾਮਣਾ ਰਸਗੁੱਲੇ, ਕਹਿੰਦੀ ਮੈਂ ਬਰਫੀ ਲਿਆਈ, ਅੱਜ ਤਾਂ ਸਮਾਨ ਹੀ ਸਮਾਨ ਹੋ ਗਿਆ ਠੰਡ 'ਚ, ਚੱਲ ਚਾਹ ਹੀ ਕਰ ਲੈਂਦੀ ਹਾਂ ਵਧੀਆ ਜੀ, ਫਿਰ ਲੈ ਰਾਜਵੀਰ ਨੂੰ ਫੋਨ ਲਾਇਆ ਹੈਗਾ ਵੀ ਆਈ ਕਿਉਂ ਨੀ ਗਈ, 5 ਵੱਜ ਗਏ। ਹੈਲੋ ਰਾਜਵੀਰ ਹੁਣ ਕਿੱਥੇ ਆ ਤੂੰ? ਮੈਂ ਤਾਂ ਬੇਬੇ ਪਹਿਲਾਂ ਤਾਂ ਡਿਊਟੀ ਤੇ ਸੀ, ਡਿਊਟੀ ਤੋਂ ਆ ਕੇ ਉਹ ਬਾਈ ਚੜਾ ਲਿਆ ਮੈਨੂੰ। ਅੱਛਾ ਫੋਨ ਕਰਤਾ ਸੀਗਾ ਮੈਂ ਉਹਨੂੰ, ਇਹਨਾਂ ਨੂੰ ਡੱਬਾ ਜਿਹਾ ਨੀ ਫੜਾਉਣਾ ਸੀ ਮਠਿਆਈ ਵਾਲਾ, ਹਾਂ ਤਾਂ ਕਰਕੇ ਮੈਂ ਇੱਥੇ ਪਿੰਡ ਆਈ ਹੋਈ ਸੀ, ਇੱਥੇ ਮੀਂਹ ਵਾਲਾ ਝੱਖੜ ਜੋ ਲਾ ਗਿਆ ਇੱਕੇ ਦਾ ਵੀ, ਹੁਣ ਜਦੋਂ ਮੀਂਹ ਰੁਕਿਆ ਤਾਂ ਮੈਂ ਫੇਰ ਆਉਂਗੀ। ਅੱਛਾ ਹਾਂ ਫਿਰ ਬਾਬਾ ਟਾਈਮ ਦਿਨ ਛਿਪਿਆ ਪਿਆ, ਹੁਣ ਤਾਂ 5 ਵੱਜ ਗਏ। ਤੂੰ ਆਏ ਘਰ ਬੇਬੇ ਆਉਂਗੀ ਤਾਂ ਮੈਂ ਹੈਗੀ ਲਾਜ਼ਮੀ, ਤੂੰ ਰੋਟੀ ਰੁਟੀ ਬਣਾ ਕੇ ਰੱਖੀ। ਉਹ ਤਾਂ ਮੈਂ ਤੈਨੂੰ ਸਾਰਾ ਕੁਝ ਬਣਾ ਲੂੰਗੀ, ਰੋਟੀ ਤਾਂ ਦਾਲ ਤਾਂ ਰੱਖੀ ਹੈਗੀ। ਆਉਂਗੀ ਮੈਂ ਲਾਜ਼ਮੀ, ਮੈਂ ਰਹਿੰਦੀ ਨੀ ਹੈਗੀ, ਹੁਣ ਤਾਂ ਹਰਪ੍ਰੀਤ ਕਹਿੰਦੀ ਸੀ ਕਹਿੰਦੇ ਰਹਿ ਜਾ ਇੱਕ ਰਾਤ, ਮੈਂ ਕਿਹਾ ਫਿਰ ਮੇਰਾ ਡਿਊਟੀ ਦਾ ਔਖਾ, ਮੈਂ ਤੜਕੇ ਸੁਨੇਹਾ ਜਾਣਾ ਹੁੰਦਾ। ਬਸ ਹੁਣ ਰਹਿਣ ਰੂਣ ਵਾਲੀ ਦਾ ਸਕੀਰੀ ਚੱਕ ਦੇ, ਰਹਿ ਰਿਹਾ ਕਿੱਥੇ ਜਾਇਆ ਕਰੂਗਾ ਹੁਣ? ਨਹੀਂ ਬੇਬੇ ਮੈਂ ਆਪ ਹੀ ਨੀ ਰਹਿੰਦੀ, ਚੱਕਣ ਵਾਲੀ ਦਾ ਕੀ ਗੱਲ ਆ, ਸਕੀਰੀ ਚੱਕਣ ਵਾਲੀ ਕਿਹੜੀ ਗੱਲ ਲੱਗੀ, ਹੁਣ ਮੈਨੂੰ ਵੀ ਪਤਾ ਹੀ ਹੈ ਮੇਰੇ ਘਰ ਦਾ ਵੀ ਨਹੀਂ ਸਰਦਾ ਭਾਈ, ਘਰੇ ਘਰ ਦਾ ਕੀ ਸਰਦਾ, ਸਕੂਲ ਜਾਏ ਬਿਨਾ ਨੀ ਸਰਿਆ ਕਰਨਾ, ਡਿਊਟੀ ਤੇ ਜਾਏ ਬਿਨਾ ਚੱਲ ਮਾਨਸਾ ਤਾਂ ਲੋਟ ਹੈਗਾ, ਆ ਜਾ ਕਰੇਗੀ ਛੇਤੀ। ਜਦੋਂ ਮੈਨੂੰ ਮੌਸਮ ਜਿਹਾ ਖਰਾਬ ਲੱਗਿਆ ਤੇ ਮੈਂ ਬਾਈ ਨੂੰ ਫੋਨ ਕਰਤਾ ਸੀ ਵੀ ਬਾਈ ਮੈਨੂੰ ਚੜਾ ਕੇ ਲੈ ਜਾ, ਫਿਰ ਮੈਨੂੰ ਚੜਾ ਕੇ ਲੈ ਗਏ ਸੀ ਉਹ, ਮੈਂ ਚੱਲ ਵੀ ਮੈਂ ਟਾਈਮ ਨਾ ਮੁੜ ਜੂੰਗੀ, ਚੰਗਾ ਚੰਗਾ ਕੱਟ ਦੇ ਚੰਗਾ ਲੈ ਉਹ ਕਹਿੰਦੇ ਥਮੀ ਆ ਗਈ ਨਾ ਮੀਂਹ ਉੱਥੇ ਕਿਵੇਂ ਆ ਗਿਆ ਇੱਥੇ ਤਾਂ ਮੀਂਹ ਕਣੀ ਨਹੀਂ ਹੈਗੀ, ਕੀ ਪਤਾ ਹੈਗਾ ਗੱਪ ਮਾਰਦੀ ਹੈਗੀ, ਭਰਜਾਈ ਨਾਲ ਰਲ ਕੇ ਉਹ ਜਿਹੀ ਹੋ ਜਾਂਦੀ ਹੈ ਭਰਜਾਈ ਨਾਲ ਦੀ, ਜਮਾਂ ਹੀ ਨਹੀਂ ਇਹਨੂੰ ਅਣਖ ਸਰ ਮਤਾ ਰਾਜਵੀਰ ਨੂੰ, ਵੀ ਤੂੰ ਇਹ ਤੋਂ ਕੀ ਲੈਣਾ ਹੈਗਾ ਰਾਜਵੀਰ ਹਰਪ੍ਰੀਤ ਤੋਂ, ਇਹਦਾ ਹੁਣ ਤੇਰੇ ਕੋਲੇ ਨੇੜੇ ਨੇੜੇ ਬੱਚੇ ਬੰਨੂਗੀ ਵੀ ਲਾਗ ਗਈ, ਵੀ ਮੈਨੂੰ ਵੀ ਕਦੇ ਦੇ ਦਿਆ ਕਰੂਗੀ 10 ਰੁਪਏ, ਤਾਂ ਵੀ ਛੇਤੀ ਮੇਰਾ 7 ਲੱਖ ਮੋੜ ਦੇ, ਆਹ ਕਾਮੜੀ ਬਾਹਲੀ ਹੈ ਰਾਜਵੀਰ, ਇੰਨੀ ਮੱਤ ਨਹੀਂ, ਚੱਲ ਕੋਈ ਨਹੀਂ ਵੱਗ ਗਿਆ ਅੱਜ ਤਾਂ ਪਹਿਲਾਂ ਦਿਨ ਹੈਗਾ, ਕੁਛ ਨਹੀਂ ਕਹਿੰਦੀ ਮੈਂ ਉਹਨੂੰ, ਫਿਰ ਉਹਨੂੰ ਸਮਝਾਇਆ ਕਰੂੰਗੀ ਵੀ ਐਵੇਂ ਨਾ ਹਰਪ੍ਰੀਤ ਕੋਈ ਤੁਰੀ ਫਿਰਦੀ ਰਿਹਾ ਕਰੀ, ਉੱਧਰੋਂ ਆਉਂਦੀ ਜਾਂਦੀ ਤਾਂ ਉਹ ਤੋਂ ਕੀ ਲੈਣਾ, ਆਪਦਾ ਸਿੱਧੀ ਜਾਇਆ ਕਰ, ਸਿੱਧੀ ਆਇਆ ਕਰ ਆਪਦੇ ਘਰੇ।
ਉੱਥੇ ਤੇਰੀਆਂ ਚਾਚੀਆਂ ਤਾਈਆਂ ਵੀ ਮੱਚਣਗੀਆਂ ਵੀ ਹੁਣ ਇਹਨਾਂ ਦੀ ਕੁੜੀ ਮਾਸਟਰ ਨਹੀਂ ਲੱਗ ਗਈ, ਅੱਗੇ ਰੋਜ਼ ਪੈਸੇ ਮੰਗਣ ਆਉਂਦੀ ਗੁਰਲਾਲ ਤੋਂ। ਕੋਈ ਨਹੀਂ ਰਾਜੀ ਨਾ ਪੇਕੇ ਨਾ ਸਹੁਰੇ, ਰਾਜੀ ਕੌਣ ਹੁੰਦਾ ਅੱਜ ਕੱਲ੍ਹ, ਸਭ ਮਾਇਆ ਦਾ ਵੀ ਭੁੱਖਾ ਮਰੇ ਅਗਲਾ ਸਾਰਾ। ਕੀ ਦੱਸਾਂ ਭਾਬੀ, ਅੱਗ ਮਚਾ ਰੱਖੀ ਆ, ਆ ਜਾ ਭਾਈ ਛੇਤੀ, ਆ ਜਾ ਛੇਤੀ। ਮੈਂ ਕਿਹਾ ਇੱਥੇ ਮੀਂਹ ਵਾਲਾ, ਮੈਂ ਕਿਹਾ ਝੱਖੜ ਝੋਲਾ ਆਈ ਜਾਂਦਾ, ਹੁਣ ਮੈਂ ਕਿਵੇਂ ਆ ਜਾ। ਹਾਂ ਲੈ ਉਹ ਤੇ ਉਹੀ ਗੱਲ ਗਾ, ਬੱਸ ਨਾ ਆਵੇ ਅੱਡੇ ਤੇ ਖੜੀ ਭੇਜ ਜੇ ਤੇ ਹੋਰ ਹੁੰਦਾ। ਭਾਬੀ ਮੈਨੂੰ ਪੁੱਛਦੀ ਸੀ ਤੈਨੂੰ ਕਿਹੜਾ ਹੁਣ ਆਇਆ ਵੀ ਮੈਂ ਡਿਊਟੀ ਜਾਣਾ, ਮੈਂ ਇੱਥੋਂ ਆਇਆ ਨਹੀਂ ਜਾਣਾ, ਡਿਊਟੀ ਜਾਣਾ ਇੱਥੋਂ ਤੜਕੇ ਵਗ ਜੀ। ਕਾਹਨੂੰ ਭਾਬੀ ਜੇ ਇੱਥੋਂ ਵਗੀ ਫਿਰ ਉਹੀ ਗੱਲ, ਫਿਰ ਘਰੇ ਕਲੇਸ਼ ਪੈ ਜੂ, ਉਹਨੂੰ ਪਤਾ ਲੱਗ ਜੂਗਾ। ਊਂ ਵੀ ਮੈਨੂੰ ਪੁੱਛਦੀ ਸੀ ਹੁਣ, ਕਹਿੰਦੀ ਤੇ ਮੈਂ ਤਾਂ ਪੁੱਛਣੇ ਭੁੱਲ ਗਈ ਤੇਰੀ ਡਿਊਟੀ ਕਿੱਥੇ ਆ। ਤੇ ਫਿਰ ਤੈਂ ਕੀ ਕਿਹਾ? ਮੈਂ ਤਾਂ ਐਂ ਕਹਤਾ, ਮੈਂ ਕਿਹਾ ਬੇਬੇ ਮਾਨਸਾ, ਮੈਂ ਕਿਹਾ ਤੈਨੂੰ ਪਤਾ ਤਾਂ ਹੈਗਾ ਵੀ ਕਈ ਵਾਰੀ ਤਾਂ ਦੱਸਦਾ ਵਰਗੀ ਤਾਂ ਕਮਲੀ ਆ ਕਹਿੰਦੀ ਮੇਰੇ ਤਾਂ ਪਿੰਡ ਹੈ। ਹੋਰ ਇੱਥੇ ਤਾਂ ਫਿਰ ਉਹ ਬਾਲਾ ਕੁਛ ਕਰੂਗੀ। ਹੋਰ ਹੁਣ ਹਜੇ ਤਾਂ ਦੱਸੀ ਨਾ ਮੈਨੂੰ, ਕਹਿੰਦੀ ਦੇਖੀ ਹੋਈ ਪਤਾ ਲੱਗੂ, ਕਹਿੰਦੀ ਰਾਤ ਰਹਿਣ ਵਾਲੀਆਂ ਸਕੀਰੀਆਂ ਛੱਡ ਦੇ ਲੈ, ਦੇਖ ਲੈ ਬੇਬੇ ਕਿਹੋ ਜਿਹੀਆਂ ਗੱਲਾਂ ਕਰਦੀ ਹੈ। ਕੀ ਗੱਲ ਕਾਹਤੋਂ ਛੱਡ ਦਿਆਂ? ਕੀ ਪਤਾ ਭਾਈ ਕਿਉਂ ਉਹੀ ਮੱਚੀ ਰਹਿੰਦੀ ਹੈ ਸਾਰਾ ਦਿਨ। ਆਹੋ ਬਸ ਹੁਣ ਤਾਂ ਉਹੀ ਹਵਾ 'ਚ ਰਹਿੰਦੀ ਉਹ ਥੋੜ੍ਹੀ। ਕਦੇ ਕਦੇ ਤਾਂ ਨਾ ਭਾਬੀ ਬਾਹਲੀ ਸਿਆਣੀ ਬਣ ਜਾਂਦੀ ਆ, ਤੇ ਕਦੇ ਕਦੇ ਐਂ ਲੱਗ ਜਾਂਦਾ ਵੀ ਇਹਦੇ ਵਰਗਾ ਬੇਕਾਰ ਬੰਦਾ ਹੀ ਨਹੀਂ ਕੋਈ। ਹੈ ਤਾਂ ਬੇਕਾਰ ਹੀ ਗੱਲ ਕਰ, ਹੁਣ ਤੇਰੀ ਸੱਸ ਤੈਨੂੰ ਲੱਗਦੀ ਨਹੀਂ ਰਾਜਵੀਰ। ਲੱਗਦੀ ਤਾਂ ਹੈਗੀ ਭਾਬੀ, ਗੱਲ ਕਰ ਕੁਛ ਕਹਿ ਨਹੀਂ ਸਕਦੇ, ਕਹਿ ਨਹੀਂ ਸਕਦੇ। ਹੋਰ ਮੇਰੀ ਕਿਹੜਾ ਤੈਨੂੰ ਪਤਾ, ਕਹਿ ਸਕਦੇ ਉਹੀ ਗੱਲ ਫਿਰ ਜਿਵੇਂ ਕਹਿੰਦੇ ਹੁੰਦੇ ਧੀਆਂ ਨੂੰ ਬਸਾਉਣਾ ਪੈਂਦਾ, ਜੀ ਤਾਂ ਕਰਦਾ ਤੇਰਾ ਸਮਾਨ ਚੱਕ ਲਈਏ ਮਿੰਟ ਲਾਈਏ, ਗੱਲ ਕਰ ਫਿਰ ਸਾਰਾ ਕੁਛ ਦੇਖਣਾ ਪੈਂਦਾ ਵੀ ਰੋਜ਼ ਰੋਜ਼ ਕਿਹੜਾ ਰਿਸ਼ਤੇ ਧਰੇ ਪਏ ਆ। ਹਾਂ ਊਂ ਚੱਲ ਆਏ ਭਾਬੀ, ਜਿੱਦੇ ਦੀ ਮੈਂ ਡਿਊਟੀ ਤੇ ਲੱਗੀ ਹਾਂ, ਚੱਲ ਕੰਮ ਧੰਦਾ ਵਧੀਆ ਸਾਰਾ ਕਰ ਲੈਂਦੀ, ਮੈਨੂੰ ਤਾਂ ਜਮੀ ਨਹੀਂ ਕਹਿੰਦੀ ਕੰਮ ਨੂੰ। ਹੁਣ ਤਾਂ ਕੰਮ ਲੱਗੇ ਬੁੜੀ, ਉਹੀ ਗੱਲ ਪੁੱਛਣਾ ਤੇਰੇ ਅੱਗੇ ਪਿੱਛੇ ਫਿਰ ਤੜਕੇ ਵੀ ਮੇਰੇ ਉੱਠਣ ਤੋਂ ਪਹਿਲਾਂ ਕੰਮ ਜਿਹਾ ਕਰਕੇ ਰੋਟੀ ਬਣਾ ਲੈਂਦੀ ਆ, ਤੇ ਜਦੋਂ ਮੈਂ ਜਾਂਦੀ ਉਦੋਂ ਵੀ ਤਾਜ਼ੀ ਲਾ ਕੇ ਦਿੰਦੀ ਆ। ਟੁੱਪਨ ਤਿਆਰ ਹੋ ਸੇ ਤੋਂ ਕਰਵਾ ਲਿਆ ਕਰ ਬੇਬੇ, ਰੋਟੀ ਬਣਾ ਕੇ ਦੇ ਮੈਂ ਜਾਣਾ ਫਿਰ। ਤੈਨੂੰ ਪਤਾ ਪੈਸਿਆਂ ਦੀ ਤਾਂ ਲੋਭਣਾ, ਆਪ ਹੀ ਕਰ ਦਿੰਦੀ ਆ ਸਾਰਾ ਕੁਛ, ਆਪਾਂ ਨੂੰ ਕੋਈ ਲੋੜ ਉਹੀ ਗੱਲ ਆਪਦਾ ਵਧੀਆ। ਅੱਛੀ ਨਹੀਂ ਤੇਰੀ ਤਨਖਾਹ ਕਿੰਨੀ ਹੈ? ਤਨਖਾਹ ਤਾਂ ਭਾਬੀ 30,000 ਆ ਹਜੇ। 30,000? ਹਾਂ ਫਿਰ ਲੱਗਦੇ ਦਾ ਤਾਂ 30 ਹੁੰਦੇ ਬਈ। ਹਾਂ ਬਾਈ ਨੂੰ ਵੀ ਮੈਂ ਕਿਹਾ ਸੀ ਕੋਕਰੀਆਂ ਮਾਰੇ ਤੇਰੀ ਸੱਸ, ਕਿਵੇਂ ਕੋਕੜੇ ਐ ਬੋਲੇ, ਮੇਰੀ ਨੂੰ ਤਾਂ ਲੱਖ ਰੁਪਇਆ ਕਮਾਉਣ ਲੱਗ ਗਈ, ਪ੍ਰੋਫੈਸਰ ਬਣ ਗਈ। ਲੈ ਜੇ ਕਿਤੇ ਭੂਆ ਮਿਲ ਗਈ ਫਿਰ ਭੂਆ ਨੂੰ ਕੀ ਦੱਸੇਗੀ, ਕਦੇ ਤਾਂ ਬੰਦਾ ਮਿਲ ਹੀ ਜਾਂਦਾ। ਭੂਆ ਨੂੰ ਹੁਣ ਦੱਸ ਦੂੰਗੀ ਸੱਚ, ਹੁਣ ਮੈਂ ਇੱਥੋਂ ਤਾਂ ਭਾਬੀ ਗੱਪ ਜੇ ਵੱਜਦੇ ਨਹੀਂ ਬਾਹਲੇ ਵੀ, ਹੁਣ ਜਦੋਂ ਉਹੀ ਗੱਲ ਜੇ ਕਿਸੇ ਨੂੰ ਪਤਾ ਲੱਗਾ ਅਗਲਾ ਵੱਧ ਬੇਇੱਜ਼ਤੀ ਕਰੂਗਾ। ਤੁਸੀਂ ਗੱਪ ਮਾਰ ਦੂੰ, ਉੱਚਾ ਸੁਣਦਾ ਤੇਰੀ ਸੱਸ ਨੂੰ ਵਿਚਾਰੀ ਨੂੰ ਸੁਣੀ ਐ ਗਿਆ ਹੋਵੇ। ਐਂ ਤਾਂ ਕਾਹਨੂੰ ਸੁਣ ਗਿਆ ਭਾਬੀ, ਕਹਿੰਦੀ ਉਹਨੂੰ ਗੁੱਸੇ ਜਿਹੇ ਚ ਕਹਿਤਾ, ਕਹਿੰਦੀ ਤੇਰੇ ਭੂਆ ਕੋਲੋਂ ਵੀ ਮੈਂ ਗੁੱਸੇ ਜਿਹੇ ਚ ਕਹਿਤਾ, ਮੈਨੂੰ ਹਰਖ ਜਿਹਾ ਚੜਿਆ ਪਿਆ ਸੀਗਾ, ਹਰਖ ਜਿਹਾ ਚੜ ਗਿਆ। ਹਾਂ ਚੱਲ ਐਂ ਕਰ ਤੂੰ ਚੱਲ ਅੰਦਰ ਤੇ ਮੈਂ ਸਬਜ਼ੀ ਬਣਾਉਣੀ ਆਗੀ, ਤੇ ਫਿਰ ਦੇਖ ਲਾਂਗੇ ਤੇਰੇ ਬਾਈ ਨੂੰ ਪੁੱਛ ਲਾਂਗੇ, ਜੇ ਤੇ ਚੜਾ ਕੇ ਆਉਣਾ ਹੈ ਤੈਨੂੰ ਚੜਾਇਆ ਆਊਗਾ, ਤੇ ਨਹੀਂ ਫਿਰ ਰਹਿ ਜੀ। ਚੰਗਾ ਤੇ ਸਬਜ਼ੀ ਕਾਹਦੀ ਬਣਾਉਣੀ ਹੈ ਭਾਬੀ? ਸਬਜ਼ੀ ਤਾਂ ਮੈਂ ਉਹ ਤਾਂ ਤੋਰੀਆਂ ਦੀ ਬਣਾਉਣੀ ਹੈ, ਤੂੰ ਦੱਸ ਕਾਹਦੀ ਖਾਣੀ ਹੈ? ਚੱਲ ਬਣਾ ਲੈ ਤੋਰੀਆਂ ਦੀ, ਬਣਾ ਲੈ ਦੁੱਧ ਜਿਹਾ ਪਾ ਕੇ। ਹੋਰ ਵਧੀਆ ਹੈਗੀਆਂ, ਚੰਗਾ ਘੱਟੀਆਂ ਆਪਣੇ ਤਾਂ ਦੇਸੀ ਤੋਂ। ਹੋਰ ਤਾਂ ਹੀ ਤਾਂ ਮੈਂ ਕਹਿੰਦੀ ਹਾਂ ਦੁੱਧ ਜਿਹਾ ਪਾ ਕੇ ਬਣਾ ਲੈ। ਵੱਖਰੀ ਸੋ ਚੈਨਲ ਦੀ ਟੀਮ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜੋ ਹੁਣੇ ਹੁਣੇ ਤੁਸੀਂ ਸਾਡੀ ਵੀਡੀਓ ਦੇਖੀ ਹੈ ਤੁਹਾਨੂੰ ਕਿੱਦਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਦੱਸਣਾ, ਇਹਦਾ ਅਗਲਾ ਐਪੀਸੋਡ ਜ਼ਰੂਰ ਦੇਖਣਾ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਕਮੈਂਟ ਕਰੋ, ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵੱਖਰੀ ਸੋ ਚੈਨਲ 'ਤੇ ਜਿਨ੍ਹਾਂ ਵੀਰਾਂ ਅਤੇ ਭੈਣਾਂ ਨੇ ਸਾਨੂੰ ਸੋਹਣੇ ਸੋਹਣੇ ਕਮੈਂਟ ਕੀਤੇ, ਅਸੀਂ ਨਾਮ ਬੋਲਣ ਜਾ ਰਹੇ ਹਾਂ। ਅਮਰ ਸਿੰਘ ਪਟਿਆਲਾ, ਕਰਨਦੀਪ ਸਿੰਘ, ਹੈਪੀ ਜੋਸ਼ੀ, ਸੁਰਿੰਦਰ ਕੌਰ ਜੌਹਲ ਦਿੱਲੀ ਤੋਂ, ਹਰਜਿੰਦਰ ਕੌਰ ਮਹੇਰਨਾ ਕਲਾਂ ਲੁਧਿਆਣਾ ਤੋਂ, ਖੁਸ਼ੀ ਕੌਰ ਅੰਗਰੇਜ਼ ਸਿੰਘ ਮਾਨਖੇੜਾ, ਨੂਰ ਮਾਨਖੇੜਾ, ਰੀਤੂ ਬਾਲਾ, ਲਵਪ੍ਰੀਤ ਥਿੰਦ, ਰਾਮ ਸਿੰਘ ਢਿੱਲੋਂ, ਬੋਬੀ ਰਾਜਾ ਹਾਂਗਕਾਂਗ, ਹਰਮੀਤ ਕੌਰ।
ਨਵਪ੍ਰੀਤ ਪ੍ਰੇਮਿਕਾ ਯੂਪੀ ਤੋਂ, ਜੱਸੀ ਅਮਰੀਕਾ ਸ਼ਿਮਲਾਪੁਰੀ ਲੁਧਿਆਣਾ। ਸਿਮਰਨਪ੍ਰੀਤ ਕੌਰ ਫੱਲੇਵਾਲ, ਜਸਵੰਤ ਸਿੰਘ ਬਹਾਦਰਪੁਰ, ਡਾਕਟਰ ਰਣਜੀਤ ਸਿੰਘ ਖੰਗੂੜਾ ਲਤਾਲਾ ਲੁਧਿਆਣਾ ਕੈਲਗਰੀ ਕੈਨੇਡਾ, ਜੁਗਰਾਜ ਭੁੱਲਰ, ਆਇਸ਼ਾ ਭੁੱਲਰ, ਅਮਾਇਸ਼ਾ ਭੁੱਲਰ, ਪੱਪੇ ਸ਼ਾਹ ਜੀ, ਤਰਲੋਚਨ ਕੌਰ ਜਮਸ਼ੈਦਪੁਰ, ਬੀਨਾ ਜੈਨ ਹਰਿਆਣਾ ਤੋਂ, ਹਰਜਾਪ ਸਟੂਡੀਓ ਜੀਵਨ ਸ਼ਰਮਾ ਪਾਤੜਾਂ ਤੋਂ, ਬਲਵਿੰਦਰ ਸਿੰਘ ਚਾਨਾ, ਵੀਰਪਾਲ ਕੌਰ ਚਾਨਾ, ਰਾਮਗੜੀਆ ਰਤੀਆ ਹਰਿਆਣਾ, ਅਰਮਾਨ ਚਾਹਲ, ਸੁਖਵਿੰਦਰ ਕੌਰ ਲੁਧਿਆਣਾ, ਸੁਤਵਿੰਦਰ ਕੌਰ, ਕਮਲੇਸ਼ ਕੁਮਾਰੀ, ਪੁਸ਼ਪਾ ਸ਼ਰਮਾ, ਕਿਰਨ ਬਾਲਾ ਅਹਿਮਦਗੜ੍ਹ ਮੰਡੀ, ਸਵਰਨ ਕੌਰ ਗਿੱਲ, ਫਕੀਰ ਚੰਦ ਸ਼ਰਮਾ, ਰਾਜੂ ਮਾਖਾ ਦੁਕਾਨਦਾਰ, ਮਨਕੀਰਤ ਪੂਣੀਆ, ਕਵਿਤਾ ਦੇਵੀ ਜਲੰਧਰ, ਲਵਦੀਪ ਬੁਢਲਾਡਾ, ਬਸੰਤ ਕੌਰ, ਸੁਖਪ੍ਰੀਤ ਸਿੰਘ, ਸੁਖਪ੍ਰੀਤ ਸਿੰਘ ਸੰਦੋਹਾ, ਹਰਵਿੰਦਰ ਕੌਰ ਰਾਮਾ ਮੰਡੀ ਜਲੰਧਰ, ਗੁਰਦੇਵ ਸਿੰਘ ਮਾਨਸਾ, ਬਲਜਿੰਦਰ ਕੌਰ ਲੁਧਿਆਣਾ, ਕਾਂਤਾ ਦੇਵੀ ਲੁਧਿਆਣਾ, ਬਿਸ਼ਵਜੀਤ ਸਿੰਘ, ਰੇਖਾ ਸ਼ਰਮਾ, ਦਰੁਬਿਕਾ ਸ਼ਰਮਾ, ਨੈਤ ਸ਼ਰਮਾ। ਜਿਨ੍ਹਾਂ ਵੀਰਾਂ ਅਤੇ ਭੈਣਾਂ ਨੇ ਸਾਨੂੰ ਸੋਹਣੇ ਸੋਹਣੇ ਕਮੈਂਟ ਕੀਤੇ ਹੈ, ਕਮੈਂਟ ਕਰਨ ਲਈ ਬਹੁਤ ਬਹੁਤ ਧੰਨਵਾਦ। ਜਿਨ੍ਹਾਂ ਵੀਰਾਂ ਅਤੇ ਭੈਣਾਂ ਦੇ ਨਾਮ ਬੋਲਣ ਵਾਲੀ ਉਹ ਰਹਿ ਗਏ, ਅਸੀਂ ਦੂਸਰੀ ਵੀਡੀਓ ਦੇ ਵਿੱਚ ਜ਼ਰੂਰ ਬੋਲਾਂਗੇ। ਸਾਨੂੰ ਕਮੈਂਟ ਕਰਨ ਲਈ, ਸਾਨੂੰ ਸੁਝਾਓ ਦੇਣ ਲਈ, ਸਾਡੀ ਸਪੋਰਟ ਕਰਨ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।